ਅੱਜ ਬਹੁਤ ਤਕੜਾ ਦੋਨੋਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਹੈ। ਇੱਕ ਪਾਸੇ ਕਹਿੰਦੇ ਟੀਮ ਜਿਹੜੀ ਪਿੰਡ ਵਾਲੀ ਸਾਈਡ ਚੰਦ ਨਵੇਂ ਦੀ ਟੀਮ ਹੈ ਤੇ ਦੂਸਰੇ ਪਾਸੇ ਕਹਿੰਦੇ ਮਾਝੇ ਦੀ ਟੀਮ ਹੈ, ਟਾਪ ਦੀ ਟੀਮ ਹੈ। ਨੌਜਵਾਨ ਬੱਤਾ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ, ਪੁਆਇੰਟ ਜਿਹੜਾ ਮੱਤੇ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ, ਚੋਲਾ ਸਾਹਿਬ ਦੀ ਟੀਮ ਦੇ ਲਈ ਜੋੜ ਦਿੱਤਾ। ਜੱਸੀ ਨਾਮ ਹੈ ਇਸ ਨੌਜਵਾਨ ਖਿਡਾਰੀ ਦਾ ਤੇ ਚਾਰ ਜਾਫੀ ਬਿਲਕੁਲ ਤਿਆਰ ਨੇ। ਇੱਕ ਪਾਸੇ ਨੌਜਵਾਨ ਅਰਸ਼ ਕਹਿੰਦੇ ਦੁਨੀਆ ਦੇ ਟਾਪ ਦੇ ਜਾਫੀਆਂ ਵਿੱਚ ਨਾਮ ਹੈ ਇਸ ਨੌਜਵਾਨ ਜਾਫੀ ਦਾ ਤੇ ਵੱਡੇ ਵੀਰ ਦਾ ਨਾਂ ਕਬੱਡੀ ਦੇ ਸੁਪਰ ਸਟਾਰਾਂ ਵਿੱਚ ਹੈ। ਇਸ ਲਈ ਵੇਖੋ ਨੌਜਵਾਨ ਅਰਸ਼ ਚੋਲਾ ਸਾਹਿਬ ਦੀ ਧਰਤੀ ਦਾ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ। ਅੱਜ ਇਹ ਨਗਰ ਭਾਗਾਂ ਵਾਲਾ ਹੈ ਕਿਉਂਕਿ ਸੰਤਾਂ ਮਹਾਂਪੁਰਸ਼ਾਂ ਦਾ ਜਨਮ ਹੋਇਆ ਤੇ ਭਾਗਾਂ ਵਾਲਾ ਨਗਰ ਹੈ ਇਸ ਲਈ ਵੀ ਹੈ ਕਿਉਂਕਿ ਦੁਨੀਆ ਦੇ ਸੁਪਰ ਸਟਾਰ ਖਿਡਾਰੀ ਪੁੱਜੇ ਹੈ। ਪੂਰੇ ਕੈਨੇਡਾ ਦੇ ਲੋਕ ਇਸ ਨੌਜਵਾਨ ਦੀ ਖੇਡ ਨੂੰ ਦੇਖਣ ਦੇ ਲਈ ਤਰਸੇ ਪਾਏ ਹੈ ਵੀ ਕਦੋਂ ਇਹ ਨੌਜਵਾਨ ਕੈਨੇਡਾ ਦੀਆਂ ਖੇਡ ਗਰਾਊਂਡਾਂ ਵਿੱਚ ਪੁੱਜੇ ਤੇ ਧੰਨ ਧੰਨ ਕਰਵਾਵੇ। ਇਹ ਕੌਣ ਹੈ? ਮਾਝੇ ਦਾ ਮਝੈਲ ਜੱਟ ਹੈ ਮੇਰੇ ਵੀਰੋ, ਸੁਖਮਨ ਚੋਲਾ ਸਾਹਿਬ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ। ਔਰ ਸਾਹਮਣੇ ਵੇਖੋ ਨੌਜਵਾਨ ਜਾਫੀ ਦੀ ਪੂਰੀ ਕੋਸ਼ਿਸ਼ ਪਰਮੇ ਦੀ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਕਿ ਜਿਵੇਂ ਭਰਦੇ ਨੇ ਪੰਛੀ ਉਡਾਰੀ ਇਸ ਮੈਦਾਨਾਂ ਵਿੱਚ, ਉਵੇਂ ਭਰਦੇ ਖਿਡਾਰੀ ਨੇ ਉਡਾਰੀ ਮੈਦਾਨਾਂ ਵਿੱਚ, ਪਰਖੇ ਜਾਣੇ ਨੇ ਜ਼ੋਰ ਜਵਾਨਾਂ ਵਿੱਚ। ਅੱਜ ਸਾਰਿਆਂ ਦੇ ਸਾਹਮਣੇ ਚੰਨ ਵਾਂਗੂ ਚਮਕੂਗਾ ਕਿਹੜਾ, ਅੱਜ ਤਾਰਿਆਂ ਦੇ ਸਾਹਮਣੇ ਦੁਨੀਆ ਦੇ ਸੁਪਰ ਸਟਾਰ ਪੁੱਜੇ। ਸੁਖਮਨ ਦਾ ਵੀਰ ਹੈ ਨੌਜਵਾਨ ਅਰਸ਼ਦੀਪ ਸਿੰਘ, ਬਹੁਤ ਤਕੜਾ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ। ਤੀਸਰਾ ਕਬੱਡੀ ਦਾ ਟੂਰਨਾਮੈਂਟ ਯੂਨਾਈਟਿਡ ਸਟੇਟ ਅਮਰੀਕਾ, ਬਹੁਤ ਮੇਰੇ ਵੀਰੋ ਜਿੱਥੇ ਪੰਜਾਬੀ ਵੱਡੀ ਤਾਦਾਦ ਦੇ ਵਿੱਚ ਜਾ ਕੇ ਵੱਸ ਗਏ ਹੈ ਤੇ ਵੱਡੇ ਬਿਜ਼ਨਸ ਸਾਹਮਣੇ ਨੇ, ਉਹਨਾਂ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਿਰਭੈ ਸਿੰਘ ਜੀ ਵਿਰਾੜ ਯੂ ਐਸ ਏ ਵਾਲੇ, ਸਰਦਾਰ ਲਖਵਿੰਦਰ ਸਿੰਘ ਜੀ ਵਿਰਾੜ ਯੂ ਐਸ ਏ ਵਾਲੇ ਬਹੁਤ ਵੱਡੇ ਯੋਗਦਾਨ ਨੇ। ਮਾਈਕ ਤੇ ਸਾਡੀ ਬਹੁਤ ਹੀ ਸਤਿਕਾਰਯੋਗ ਵੀਰ ਅਮਨ ਜੀ, ਆ ਜਿਹੜਾ 500 ਰੁਪਈਆ ਅਰਸ਼ ਚੋਲਾ ਸਾਹਿਬ ਦੇ ਲਈ ਹੈ, ਸਾਡੇ ਬਹੁਤ ਹੀ ਮਾਣਯੋਗ ਰਿਸਪੈਕਟਰ ਸਾਡੇ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਸਾਹਿਬ ਹੋਣਾ ਵੱਲੋਂ, ਜਿਹੜਾ 500 ਰੁਪਈਆ ਚੋਲਾ ਸਾਹਿਬ ਦੇ ਵਧੀਆ ਜਾਫੀ ਦੇ ਲਈ, ਜਿਹੜਾ 500 ਰੁਪਏ ਦੀ। ਉਧਰ ਕਬੱਡੀ ਦਾ ਮਹਾਨ ਪ੍ਰਮੋਟਰ ਹੈ, ਪੰਜ ਗ੍ਰਾਈ ਪਿੰਡ ਹੈ ਮੇਰੇ ਵੀਰੋ, ਅਲਬਰਟਾ ਦੀ ਕੈਪੀਟਲ ਐਡਮਿੰਟਨ ਸ਼ਹਿਰ ਬੜਾ ਮਸ਼ਹੂਰ ਹੈ, ਉੱਥੋਂ ਦੇ ਵਿੱਚ ਵੱਡੇ ਬਿਜ਼ਨਸ ਸਾਹਮਣੇ ਐਡਮਿੰਟਨ ਦੇ ਵਿੱਚ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਅਲਬਰਟਾ ਦੀ ਪੀਐਸਸੀ ਕਬੱਡੀ ਫੈਡਰੇਸ਼ਨ ਦੇ ਜਨਰਲ ਸੈਕਟਰੀ ਨੇ ਵਿਸ਼ੇਸ਼ ਤੌਰ ਤੇ ਪੁੱਜੇ ਹੈ। ਇੱਧਰ 500 ਦਾ ਮਾਣ ਪੁੱਜਿਆ ਤੇ ਨੌਜਵਾਨ ਜੱਸੀ ਨੇ ਕਬੱਡੀ ਪਾ ਦਿੱਤੀ ਹੈ। ਮੈਂ ਗੱਲ ਕਰ ਰਿਹਾ ਸਾਂ ਸਰਦਾਰ ਨਿਰਭੈ ਸਿੰਘ ਜੀ ਵਿਰਾੜ ਯੂ ਐਸ ਏ ਵਾਲੇ ਤੇ ਨਾਲ ਲਖਵਿੰਦਰ ਸਿੰਘ ਜੀ ਵਿਰਾੜ ਯੂ ਐਸ ਏ ਵਾਲੇ ਬਹੁਤ ਵੱਡੇ ਯੋਗਦਾਨ ਨੇ। ਇੱਧਰ ਨੌਜਵਾਨ ਗੱਭਰੂ ਨੇ ਬਹੁਤ ਸੋਹਣਾ ਜੱਫਾ ਲਾ ਕੇ ਅਰਸ਼ ਨੇ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜ ਦਿੱਤਾ ਹੈ। ਅੰਟਾਰੀਓ ਟਰਾਂਟੋ ਮੇਰੇ ਵੀਰੋ ਕਬੱਡੀ ਦਾ ਗੜ ਮੰਨਿਆ ਜਾਂਦਾ, ਉੱਥੋਂ ਦੀ ਹਿਮਿਲਟਨ ਪੰਜਾਬੀ ਸਪੋਰਟਸ ਕਲੱਬ ਦੇ ਨਾਲ ਜੁੜੀ ਹੋਈ ਸ਼ਖਸੀਅਤ ਸਰਦਾਰ ਲਖਵਿੰਦਰ ਸਿੰਘ ਜੀ ਕੈਨੇਡਾ ਵਾਲੇ, ਉਹਨਾਂ ਦੇ ਵੀ ਬਹੁਤ ਵੱਡੇ ਯੋਗਦਾਨ ਨੇ। ਉਧਰ ਸਾਡਾ ਵੀਰ ਬਿੱਲਾ ਜਿੰਦਰ ਉਹਨਾਂ ਦੇ ਜੀਤੇ, ਉਹਨਾਂ ਦੇ ਬਹੁਤ ਵੱਡੇ ਜ਼ੋਰ ਲੱਗੇ ਨੇ ਇਸ ਟੂਰਨਾਮੈਂਟ ਨੂੰ ਸਫਲ ਕਰਵਾਉਣ ਦੇ ਲਈ। ਸਮੁੱਚੀ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਇੱਧਰ ਚੋਲਾ ਸਾਹਿਬ ਦਾ ਨੌਜਵਾਨ ਗੱਭਰੂ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ। ਅਗਲਾ ਮੈਚ ਇੰਦਗੜ ਏ ਤੇ ਤਲਵੰਡੀ ਭਾਈ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ। ਇਹ ਵੀ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪੁੱਜਣ। ਇੱਧਰ ਪਈ ਹੋਈ ਨੌਜਵਾਨ ਦੀ ਕਬੱਡੀ ਲਾਓ, ਇਸ ਵੇਲੇ ਨੌਜਵਾਨ ਨੇ ਧੌਲ ਮਾਰ ਕੇ ਪਾ ਦਿੱਤਾ ਸੰਦੀਪ ਹਨੇਰ ਜਿਹਾ, ਤੁਰਦਾ ਮੰਗਾ ਮਿੱਠੇਪੁਰ ਦਾ ਬੱਬਰ ਸ਼ੇਰ ਜਿਹਾ, ਧੌਲ ਮਾਰ ਕੇ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਿਆ। ਅਗਲੇ ਮੈਚ ਦੀਆਂ ਟੀਮਾਂ ਇੰਦਗੜ ਤੇ ਤਲਵੰਡੀ ਭਾਈ, ਉਸ ਤੋਂ ਬਾਅਦ ਰੱਜੀਵਾਲ ਤੇ ਇੰਦਗੜ ਵੀ, ਡੱਗੋਰਮਾਣਾ ਤੇ ਹਰਦਾਸਾ, ਖਾਈ ਤੇ ਕਾਂਕੇ, ਕੋਟ ਕਰੋੜ ਤੇ ਰਸੂਰਪੁਰ ਦੀਆਂ ਟੀਮਾਂ ਵੀ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ। ਇੱਧਰ ਨੌਜਵਾਨ ਗੱਭਰੂ ਚੋਲਾ ਸਾਹਿਬ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ, ਸਾਥੂ ਵਾਲਾ ਪਿੰਡ ਕਹਿੰਦੇ ਤਲਵੰਤ ਦਾ ਪਿੰਡ ਹੈ ਮੇਰੇ ਵੀਰੋ, ਵੇਖਦੇ ਵੀ ਉਹਦਾ ਪੇਂਡੂ ਹੈ ਨੌਜਵਾਨ ਗੱਭਰੂ, ਪਰ ਮੈਂ ਪੂਰੀ ਕੋਸ਼ਿਸ਼ ਕਰਦਾ ਪਰ ਪੁਆਇੰਟ ਜਿਹੜਾ ਇਸ ਲਈ ਧਾਵੀ ਦੇ ਹਿੱਸੇ ਜੁੜਦਾ ਹੋਇਆ। ਅਗਲੇ ਮੈਚ ਦੀਆਂ ਟੀਮਾਂ ਤਲਵੰਡੀ ਭਾਈ ਤੇ ਇੰਦਗੜ ਦੀਆਂ ਟੀਮਾਂ ਤਿਆਰ ਹਨ। ਨਾਲ ਹੀ ਜਿੰਨੀਆਂ ਵੀ ਸਾਡੀਆਂ ਮਾਣਯੋਗ ਸ਼ਖਸੀਅਤਾਂ ਸਟੇਜ 'ਤੇ ਵਿਰਾਜਮਾਨ ਨੇ, ਜੇ ਕਿਸੇ ਵੀ ਜਿਹੜਾ ਸਾਡੇ ਵੀਰ ਨੇ ਪ੍ਰਸ਼ਾਦਾ ਛਕਣਾ ਹੋਵੇ, ਜਿਹੜਾ ਇਹਨਾਂ ਦੇ ਲਈ ਜਿਹੜਾ ਪ੍ਰਸ਼ਾਦਾ ਬਿਲਕੁਲ ਸਟੇਜ ਦੇ ਬੈਕ ਸਾਈਡ 'ਤੇ ਜਿਹੜਾ ਇਹਨਾਂ ਦੇ ਲਈ ਲੱਗੇ ਹੋਏ ਨੇ ਟੇਬਲ, ਉੱਥੇ ਜਾ ਕੇ ਪ੍ਰਸ਼ਾਦਾ ਛਕ ਸਕਦੇ ਨੇ। ਨਾਲ ਹੀ ਚੋਲਾ ਸਾਹਿਬ ਦੇ ਸੁਖਮਨ ਦੇ ਲਈ ਮੇਰੇ ਵੀਰੋ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਸਾਹਿਬ 500 ਰੁਪਏ ਦੇ ਮਾਣ ਸਨਮਾਨ ਭੇਜਦੇ ਆ। ਚੋਲਾ ਸਾਹਿਬ ਦੇ ਸੁਖਮਨ ਦੇ ਲਈ 500 ਰੁਪਏ, ਉਹਦੇ ਛੋਟੇ ਵੀਰ ਅਰਸ਼ ਦੇ ਲਈ ਬਹੁਤ ਬਹੁਤ ਧੰਨਵਾਦ ਸਰਦਾਰ ਜਲੰਧਰ ਸਿੰਘ ਜੀ। ਇਸ ਮੈਚ ਦੇ ਵਿੱਚ ਚੋਲਾ ਸਾਹਿਬ ਦੀ ਟੀਮ ਜਿਹੜੀ ਜੇਤੂ ਹੈ ਹਰਦੀਪ ਤੇ ਤਾਰੀ ਵੀਰ, ਨੋਟ ਕਰ ਲੈਣ, ਚੋਲਾ ਸਾਹਿਬ ਦੀ ਟੀਮ ਜਿਹੜੀ
इस मैच की जेतू टीम है। अगला मैच तलवंडी भाई ते इंदगढ़ दी टीमां दे दरमियान खेडा जा रहा है। ये दोनों टीमां जिहड़ियां इंदगढ़ दी ए टीम दोनों टीमां नूं मेरी बेनती है प्लेयर जल्दी ना खेड ग्राउंड दे विच पुज जाण जिथे अज रोडियां दी धरती ते लगियां होईयां रौनकां। सरदार तेजा सिंह बराड़ यादगारी स्पोर्ट्स क्लब वड्डा टूरनामेंट करवाउंदी हर साल इस पवित्र धरती ते उत्थे सरदार निरभय सिंह जी बराड़ यूएसए वाले ते सरदार लखविंदर सिंह जी बराड़ यूनाइटेड स्टेट अमेरिका दे विच वड्डे बिजनेस ने वड्डे योगदान पाउंदे है। उत्थे अंटारियो दी खेड कबड्डी दुनिया विच बहुत वड्डा थां रखदी हैमिल्टन पंजाबी स्पोर्ट्स क्लब सरदार लखविंदर सिंह जी उन्हां वल्लों वी वड्डे योगदान पाए गए है। साडे वर्गे सीपे वर्गे वीरां दा साडे बहुत ही सत्कारयोग विले वर्गे वीरां दा जीते वर्गे वीरां दा बहुत बहुत धन्यवाद। उत्थे हरदीप जी साडे सत्कार सारे सत्कारयोग वीरां दा बहुत बहुत धन्यवाद करदे है जिन्होंने वधिया ऑर्गेनाइज किया होया इस कबड्डी टूरनामेंट नूं। और सरदार निरभय सिंह जी बराड़ लखविंदर सिंह जी बराड़ उन्होंने स्पॉन्सर किया होया इस टीम नूं सारे ऑर्गेनाइजरां दा स्पॉन्सर वीरां दा समुचे रोडे नगर दा बहुत बहुत धन्यवाद है। हैलो छोटा जिहा बच्चा कोई हामू ओहदा वीर मनप्रीत इत्थे खड़ा यार उहनूं डीकी आंदा ओए हामू आया पता रोई जांदा जल्दी नाल मैच शुरू करवाता जावे। तलवंडी भाई ते दूसरे पासे मेरे वीर इंदगढ़ की टीम है रज्जीवाल ते इंदगढ़ बी डगो रोमाणा ते हरदासा खाई ते कौके कोट करोड़ ते रसूरपुर माड़ी मुस्तफा ते पंज ग्राई टीएसवी क्लब रोडे ते बंगेला ये भी टीमां जिहड़ियां खेड ग्राउंड दे विच पुज्जण। मेरी बेनती है जिहड़ियां गड्डियां जां वैनां इत्थे खड़ियां ने मेन एंट्री गेट को गड्डिया तो मूव कर लिया जान पासे कर लिया जान साडियां सत्कारयोग हस्तियां जिहड़ियां पुज्जण जा रही ने जिथे साडे सत्कारयोग वीर बिट्टू जी उन्होंने जानकारी दिती है भी साडे दरम्यान बहुत ही सत्कारयोग मैंबर पार्लीमेंट बीबी परमजीत कौर गुलशन जी ते नाल सरदार महेशेंद्र सिंह जी नियाल सिंह वाला वह भी पुज्जणगे। आ नौजवान 6 साल बाद कनेडा की धरती तो पुज्जा ते पंजाब दे विच तहलका मचाई फिरदा है। रेशम इंदगढ़िया खेड मैदान दे विच कबड्डी पा रहा है। इंदगढ़ की टीम रोडिया वाली साइड ते खेतां वाली साइड तलवंडी भाई की टीम है। तलवंडी भाई पिंड कहिंदे पंजाब दा किसान जानदा तलवंडी भाई दे संदा दी खेतीबाड़ी दे विच कितनी कि महानता है। उस नगर की टीम है नवदीप डीसी उन्हां दा पिंड है लाले वर्गे प्रसिद्ध कबड्डी खिडारियां दा पिंड है। उसे पिंड दा खिडारी खेड मैदान दे विच कबड्डी पाउंदा होया रज्जीवाला ते इंदगढ़ बी डगो रोमाणा ते हरदासा खाई ते कौके कोट करोड़ ते रसूरपुर सारियां टीमां आप अपने मैचां दे अनुसार खेड मैदान दे विच पुज्जियां जाण। इधर लगदा होया जफा नौजवान संता कहिंदे इस नौजवान नूं इंदगढ़ किशनपुरा पिंडर ये बड़े मशहूर पिंड ने धर्मकोट का एरिया ते इधर नौजवान कहिंदे अंबियन हरजीत कबड्डी क्लब वल्लों सरदार मेजर सिंह बराड़ उन्हां दी टीम वल्लों माणू कहिंदे गुरलाल दी टीम वल्लों खेडिया कनेडा दे खेड मैदानां विच नौजवान इंदगढ़िया निंदर इस वेले कबड्डी पा रहा है। चार जाफी बिल्कुल तैयार ने उधर भैणी वाला फौजी फैसला करता है भी ये पॉइंट जिहड़ा तावी दे हिस्से जुड़दा होया कि कल्ले कल्ले गभरू ते रोह पूरा चढ़िया कौन जाऊ भज कौन जाऊ फड़िया लख लख दी कबड्डी अज पाउणगे कल्ले कल्ले मित्रो जफा जिहड़े जिहड़े जाफी ने लाता होजू उहदी बल्ले बल्ले मित्रो अज किहदी बल्ले बल्ले हुंदी है रोडिया दे इस वड्डे कप ते। इधर तलवंडी वाले नौजवान दी पई हुई कबड्डी है जाफी पूरी कोशिश करदा शुष्क पिंड है नौजवान गभरू का। जिंदर नूं बेनती है भी ट्रैक्टर लिया पानी वाली टैंकी लै गया नाले पानी छिड़कना है। उधर बाबा शुष्क पिंड का नौजवान फिरोजपुरी आ हरजीत फ्रेंड जी कबड्डी क्लब पतोवीरा सिंह की टीम वालों खेलता जलंधर सिंह सिद्धू होना ने चोट की नौजवान गणारी की पर वीजा नहीं हो लग्या बहुत सोहना जफा नौजवान ने ला के अपनी टीम लिए लखा जा पॉइंट जोड़ दिता है। अगला मैच जिहड़ा खेडिया जाना है रज्जीवाला ते इंदगढ़ दी दोनों टीमां जिहड़ियां पुज्जियां होईयां ने। इंदगढ़ दा नौजवान कबड्डी पा रहा है बगीचे का ना कहते दुनिया के सुपर स्टारा विच है क्योंकि नौजवान कबड्डी के मैदान विच धुम्मा पाई फिरदा है। उसे दा पेंडू नौजवान गभरू लखा जा पॉइंट अपनी टीम लई जोड़दा है कि लथ जांदी भुख दे इक गुंदे हुए शरीरां नूं चुम्मदी है जित पैर आण के खीरां नूं वेट मार दे जिम्मां दे विच जाके हुण मजबूत हड्डियां करदे मेहनतां खुराकां खा के खुल्लियां ते मार दिया मल्लां वड्डियां एक पासे संता नौजवान फड़िया गुट छिड़ाया गुट ते पॉइंट तलवंडी
ਭਾਈ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਜਿੱਥੇ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਪੁੱਜੇ ਹੋਏ ਨੇ ਅਲਬਰਟਾ ਦੇ ਵੱਡੇ ਪ੍ਰਮੋਟਰਾਂ ਵਿੱਚ ਨਾਮ ਹੈ ਪੰਜ ਗ੍ਰਾਈ ਪਿੰਡ ਹੈ ਤੇ 9-10 ਜਨਵਰੀ ਹੋਵੇਗੀ ਪੰਜ ਗ੍ਰਾਈ ਦੇ ਕਬੱਡੀ ਕੱਪ ਦੀ ਜਿੱਥੇ ਮੇਰੇ ਵੀਰੋ ਕਬੱਡੀ 365.com ਵਾਲੇ ਸਾਡੇ ਪ੍ਰਦੀਪ ਉਹਨਾਂ ਦਾ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਅਵਤਾਰ ਬਰਾੜ ਜੀ ਲੰਗਿਆਣਾ ਪਿੰਡ ਹੈ ਹਾਂਗਕਾਂਗ ਦੇ ਵਿੱਚ ਵੱਡੇ ਬਿਜ਼ਨਸ ਨੇ ਉਹ ਵੀ ਪੁੱਜੇ ਹੋਏ ਨੇ ਬੰਤ ਬਰਾੜ ਹੁਣੀ ਜੋਧਾ ਲੰਗਿਆਣੀਆਂ ਕਬੱਡੀ ਦਾ ਮਹਾਨ ਲਕਾਰੀ ਹੈ ਕਿ ਜੋਸ਼ੋਸ਼ ਤਕਨੀਕ ਦੀ ਯਾਰੋ ਅੱਜ ਕੱਲ ਖੇਡ ਕਬੱਡੀ ਦੀ ਨਿਰੇ ਜੋਰ ਵਾਲੇ ਨੂੰ ਜਾਫੀ ਢਾ ਹੀ ਜਾਂਦੇ ਨੇ ਕਾਂ ਵਰਗੀ ਤੇਜ਼ ਨਿਗਾਹ ਜਿਹੜੇ ਰੇਡਰਾਂ ਦੀ ਪਤਾ ਨਹੀਂ ਲੱਗਦਾ ਕਦੋਂ ਹੱਥ ਲਾਈ ਜਾਂਦੇ ਨੇ ਰੱਬ ਵਾਂਗੂ ਪੂਜਦੇ ਜਿਹੜੇ ਜਤੀ ਲਗੋਟੇ ਦੇ ਉਹ ਖਿਡਾਰੀ ਇੱਕ ਦਿਨ ਨਾ ਕਮਾਈ ਜਾਂਦੇ ਨੇ ਲੰਗਿਆਣੀਆਂ ਜੋਧਿਆਂ ਦਿਨ ਚਾਰ ਜਵਾਨੀ ਦੇ ਜੋ ਸਾਂਭ ਲੈਂਦੇ ਉਹ ਹਰ ਮੈਦਾਨ ਛਾਈ ਜਾਂਦੇ ਨੇ ਜੋ ਸਾਂਭ ਲੈਂਦੇ ਜਿਨ੍ਹਾਂ ਨੇ ਜਵਾਨੀ ਨੂੰ ਸਾਂਭਿਆ ਬਾਕੀ ਸੱਚ ਲਿਖਿਆ ਲੰਗਿਆਣੀਆਂ ਜੋਧਾ ਹੁਣ ਕਬੱਡੀ ਦੇ ਕਹਿੰਦੇ ਵੀ ਟਾਪ ਦੇ ਰਾਈਡਰਾਂ ਵਿੱਚ ਨਾਮ ਹੈ ਔਰ ਸਾਹਮਣੇ ਨੌਜਵਾਨ ਗਿੱਲ ਇੰਦਗੜੀਆ ਬਹੁਤ ਸੋਹਣਾ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਹੈ ਨੌਜਵਾਨ ਤਾਰੀ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇੱਕ ਜੈਤੋ ਵਾਲੇ ਤਾਰੀ ਦੇ ਕਹਿੰਦੇ ਸਪੀਕਰ ਬੜੇ ਮਸ਼ਹੂਰ ਹੋਏ ਹੈ ਦਰਸ਼ਕ ਵੀਰੋ ਇੱਧਰ ਪਈ ਹੋਈ ਨੌਜਵਾਨ ਦੀ ਕਬੱਡੀ ਹੈ ਕਿ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਲਾ ਕੇ ਪੂਰਾ ਇਹ ਤਾਣ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਸ਼ਾਨ ਹੈ ਜਿੰਦ ਜਾਨ ਹੈ ਇਹਨਾਂ ਕੱਠ ਹੈ ਰੋਡਿਆਂ ਦੀ ਧਰਤੀ ਹੈ ਮੇਰੇ ਵੀਰੋ ਇਹ ਪਿਆਰ ਹੈ ਖੇਡ ਕਬੱਡੀ ਨੂੰ ਪੰਜਾਬੀ ਅੰਕਾਂ ਦਾ ਵੋ ਕਰਦੇ ਹੈ ਕਿ ਆਉਂਦਾ ਇਹ ਸਵਾਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ ਦਰਸ਼ਕ ਮਾਰਦੇ ਨੇ ਤਾੜੀਆਂ ਜਦੋਂ ਕੋਈ ਪਾਉਂਦਾ ਧਾਵੀ ਰੇਡ ਮੱਥਾ ਟੇਕ ਕੇ ਲੱਗ ਜਾਵੇ ਵਧੀਆ ਜੱਫਾ ਤੇ ਦੁਨੀਆ ਪੈਂਦੀ ਨੱਚ ਮਿੱਤਰੋ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ ਇਹ ਗੱਲ 16 ਨੇ ਸੱਚ ਮਿੱਤਰੋ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ ਇਹ ਗੱਲ 16 ਨੇ ਸੱਚ ਮਿੱਤਰੋ ਹਾਂ ਵੀ ਸੀਪੇ ਵੀਰ ਕੀ ਹੁਕਮ ਨੇ ਇਧਰ ਨੌਜਵਾਨ ਗਿੱਲ ਕਹਿੰਦੇ ਇਸੇ ਨੌਜਵਾਨ ਗੱਭਰੂ ਨੂੰ ਬਹੁਤ ਤਗੜਾ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਹੈ ਉਧਰ ਦਿਲਵਾ ਗੱਜਣ ਵਾਲਾ ਜੀ ਬਿੰਦਰ ਮਿਸ਼ਰੀ ਵਾਲਾ ਨਾਲ ਸਾਡਾ ਵੀਰ ਚੋਟੀਆਂ ਵਾਲਾ ਸੁਚੈਨ ਬਰਾੜ ਹਰਦੀਪ ਕੋਪਰੀ ਜੀ ਨਿਰਮਲ ਲੰਗਿਆਣਾ ਬੂਟਾ ਖਾਨ ਜੀ ਜਿੰਨੇ ਵੀ ਕਬੱਡੀ ਦੇ ਬੁਲਾਰੇ ਪੁੱਜੇ ਹੈ ਜਸਵਿੰਦਰ ਆਸ਼ਾ ਬੁੱਟਰ ਜੀ ਨੇ ਪਹਿਲਾਂ ਹਾਜ਼ਰੀ ਲਵਾਈ ਹੈ ਸਾਰੇ ਅਨਾਊਂਸਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਧਰ ਨੌਜਵਾਨ ਇੰਦਗੜੀਆ ਨਿੰਦਰ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਲਓ ਸਾਹਮਣੇ ਨੌਜਵਾਨ ਤਲਵੰਡੀ ਦੀ ਧਰਤੀ ਦਾ ਨੌਜਵਾਨ ਤਲਵੰਡੀ ਭਾਈ ਪਿੰਡ ਦਾ ਲਾਉਂਦਾ ਹੋਇਆ ਜੱਫਾ ਕਿ ਰੇਡਰ ਦੇ ਲਈ ਭਾਜ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਉਹੀ ਮੰਨਿਆ ਜਾਵੇ ਜਿਹੜਾ ਉੱਡਦੀ ਰੇਡ ਨੂੰ ਨੱਪੇ ਜਾਫੀ ਉਹੀ ਮੰਨਿਆ ਜਾਵੇ ਜਿਹੜਾ ਉੱਡਦੀ ਰੇਡ ਨੂੰ ਨੱਪੇ ਇਸ ਇਲਾਕੇ ਨੇ ਕਬੱਡੀ ਦੇ ਮਹਾਨ ਖਿਡਾਰੀ ਪੈਦਾ ਕੀਤੇ ਹੈ ਭਾਵੇਂ ਉਹ ਰਾਜਿਆਂ ਦੀ ਬਿੱਲੂ ਦੀ ਗੱਲ ਹੈ ਮੰਦਰ ਵਰਗੇ ਪੂਰਨ ਵਰਗੇ ਲੰਡਿਆਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਹੈ ਅੱਜ ਰੋਡੇ ਪਿੰਡ ਕਹਿੰਦੇ ਗੋਪੀ ਨੇ ਹਮਿਲਟਨ ਪੰਜਾਬੀ ਸਪੋਰਟਸ ਕਲੱਬ ਦੇ ਲਈ ਮੇਰੇ ਵੀਰੋ ਕੈਨੇਡਾ ਦੇ ਮੈਦਾਨਾਂ ਵਿੱਚ ਬਹੁਤ ਧੁੰਮਾਂ ਪਾਈਆਂ ਜਿਹੜੇ ਸਾਡੇ ਕੈਨੇਡਾ ਵਾਸੀ ਵੀਰ ਜਾਣਦੇ ਹੈ ਜਿਹਨਾਂ ਵੀਰਾਂ ਨੇ ਉਸ ਕੈਨੇਡਾ ਦੇ ਮੈਦਾਨਾਂ ਵਿੱਚ ਗੋਪੀ ਨੂੰ ਖੇਡਦਾ ਦੇਖਿਆ ਹਮਿਲਟਨ ਪੰਜਾਬੀ ਸਪੋਰਟਸ ਕਲੱਬ ਸਰਦਾਰ ਲਖਵਿੰਦਰ ਸਿੰਘ ਜੀ ਉਹਨਾਂ ਦੀ ਟੀਮ ਵੱਲੋਂ ਖੇਡਿਆ ਉੱਥੇ ਮੇਰੇ ਵੀਰੋ ਟੀਨੂ ਵਰਗੇ ਪ੍ਰਸਿੱਧ ਕਬੱਡੀ ਖਿਡਾਰੀ ਨੇ ਇਸ ਨਗਰ ਦੇ ਗੱਲ ਸਮਝਦੀ ਹੈ ਮੇਰੇ ਵੀਰੋ ਇੱਧਰ ਨੌਜਵਾਨ ਕਬੱਡੀ ਪਾ ਰਿਹਾ ਕਿ ਮਿਹਨਤ ਨੂੰ ਹੀ ਲੱਗਦਾ ਫਲ ਮਿਹਨਤ ਬਿਨਾਂ ਦੀ ਕੋਈ ਹੱਲ ਫੋਕੀ ਬੱਲੇ ਬੱਲੇ ਅੱਜ ਜਾਂ ਕੱਲ ਬਣਨਾ ਔਖਾ ਹੈ ਘੋੜਾ ਲੰਮੀ ਪਾਰੀ ਦਾ ਯਾਨ ਵਾਰ ਕੇ ਲੀਲਾ ਵਾਲਿਆ ਮੋੜਿਆ ਮੁੱਲ ਤਾਰਨਾ ਪੈਂਦਾ ਯਾਰਾਂ ਦੀ ਯਾਰੀ ਦਾ ਅੱਜ ਯਾਰਾਂ ਦਾ ਮੇਲਾ ਸਮੁੱਚੇ ਨਗਰ ਦਾ ਮੇਲਾ ਭਰਾਵਾਂ ਦਾ ਮੇਲਾ ਤੇ ਦੁਨੀਆਂ ਦੇ ਸੁਪਰ ਸਟਾਰ ਪੁੱਜੇ ਹੋਏ ਹੈ ਰੱਜੀ ਵਾਲਾ ਤੇ ਇੰਦਗੜ ਦੀ ਟੀਮਾਂ ਦੇ ਦਰਮਿਆਨ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਹੈ ਇਹ ਵੀ ਟੀਮਾਂ ਖੇਡ ਗਰਾਊਂਡ ਦੇ ਵਿੱਚ ਪੁੱਜਣ ਇਸ ਮੈਚ ਦੇ ਵਿੱਚ ਇੰਦਗੜ ਦੀ ਟੀਮ ਹਰਦੀਪ ਜੀ ਨੋਟ ਕਰ ਲਓ ਜੇਤੂ ਹੈ ਇੰਦਗੜ ਦੀ ਟੀਮ ਸਾਡਾ ਹਰਦੀਪ ਵੀਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿੰਨੇ ਵੀ ਸਾਥੀ ਵੀਰ ਨੇ ਇਹਨਾਂ ਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਧਰ ਗਿੰਦੀ ਵੀਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਵੱਡੇ ਯੋਗਦਾਨ ਨੇ ਗਿੰਦੀ ਸਾਡਾ ਵੀਰ ਉਹਨਾਂ ਦੇ ਵੀ ਸੀਪੇ ਵਰਗੇ ਵੀਰਾਂ ਦੇ ਸਾਰੇ ਵੀਰਾਂ ਦੇ ਬਿੱਲੇ ਵਰਗੇ ਜੀਤੇ ਵਰਗੇ ਹਰਦੀਪ ਵਰਗੇ ਸਾਰੇ ਸਤਿਕਾਰਯੋਗ ਵੀਰਾਂ ਦਾ ਜਿੰਦਰ ਵੀਰ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਇੱਧਰ ਪਾਣੀ ਦਾ ਛਿੜਕਾ ਹੈ ਕਿਉਂਕਿ ਦਰਸ਼ਕਾਂ ਦੇ ਲਈ ਇਹ ਖੇਡ ਮੇਲਾ ਮੇਰੇ ਵੀਰੋ ਦਰਸ਼ਕਾਂ ਦੇ ਨਾਲ ਰੌਣਕਾਂ ਵੱਧਦੀਆਂ ਉਹਨਾਂ ਦੇ ਲਈ ਕਿਉਂਕਿ ਗਰਾਊਂਡ ਦੇ ਵਿੱਚ ਧੂੜ ਉੱਡ ਰਹੀ ਹੈ ਅੱਖਾਂ ਦੇ ਵਿੱਚ ਪੈ ਰਹੀ ਹੈ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਅਗਲੇ ਮੈਚ ਦੀਆਂ ਟੀਮਾਂ ਡੱਗੋਰਮਾਨ ਤੇ ਹਰਦਾਸਾ ਗੱਬਰ ਸਾਊਂਡ ਉਮਰੀਆਣਾ ਬਹੁਤ ਪਿਆਰੀ ਸਾਊਂਡ ਹੈ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਸਾਊਂਡ ਨੂੰ ਸੈੱਟ ਕਰ ਲਿਆ ਜਾਵੇ
ਹੈਲੋ ਲਓ ਇਸ ਲਈ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਪਾਸੇ ਟੀਮ ਮੇਰੇ ਵੀਰੇ ਉਹ ਰੱਜੀ ਵਾਲੇ ਦੀ ਹੈ ਉਹ ਪਿੰਡ ਵਾਲੀ ਸਾਈਡ ਤੇ ਖੇਤਾਂ ਵਾਲੀ ਸਾਈਡ ਇੰਦਗੜ ਦੀ ਬੀ ਟੀਮ ਹੈ ਬਗੀਚੇ ਇੰਦਗੜੀਏ ਦੀ ਟੀਮ ਹੈ ਦੋਨੋਂ ਟੀਮਾਂ ਦੇ ਦਰਮਿਆਨ ਬਹੁਤ ਹੀ ਵਧੀਆ ਮੈਚ ਜਿਹੜਾ ਖੇਡ ਕਬੱਡੀ ਦਾ ਸ਼ੁਰੂ ਹੋਣ ਜਾ ਰਿਹਾ ਹੈ ਡੱਗੋ ਰਮਾਣਾ ਤੇ ਹਰਦਾਸੇ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਬਹੁਤ ਤਕੜਾ ਮੈਚ ਖੇਡਿਆ ਜਾਣਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਡੱਗੋ ਰਮਾਣਾ ਤੇ ਹਰਦਾਸੇ ਦੀਆਂ ਟੀਮਾਂ ਦੇ ਦਰਮਿਆਨ ਖਾਈ ਤੇ ਕੌਂਕੇ ਕੋਟ ਕਰੋੜ ਤੇ ਰਸੂਰਪੁਰ ਇਹ ਵੀ ਟੀਮਾਂ ਦੇ ਪਲੇਅਰ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ ਖਾਈ ਤੇ ਕੌਂਕੇ ਕੋਟ ਕਰੋੜ ਤੇ ਰਸੂਰਪੁਰ ਆ ਕਲੀ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਕਲੀ ਪਾ ਦਿਓ ਹੋਰ ਅੱਜ ਦੇ ਇਸ ਵੱਡੇ ਕੱਪ ਦੇ ਲਈ ਬਹੁਤ ਵੱਡੇ ਯੋਗਦਾਨੀ ਸਰਦਾਰ ਨਰਪੈਲ ਸਿੰਘ ਜੀ ਵਿਰਾੜ ਯੂਐਸਏ ਤੇ ਸਰਦਾਰ ਲਖਵਿੰਦਰ ਸਿੰਘ ਜੀ ਵਿਰਾੜ ਯੂਐਸਏ ਇਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਤੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਲਖਵਿੰਦਰ ਸਿੰਘ ਜੀ ਕੈਨੇਡਾ ਵਾਲੇ ਹੈਮਿਲਟਨ ਪੰਜਾਬੀ ਸਪੋਰਟਸ ਕਲੱਬ ਦੇ ਨਾਲ ਜੁੜੀ ਹੋਈ ਸ਼ਖਸੀਅਤ ਉਹਨਾਂ ਦੇ ਬਹੁਤ ਵੱਡੇ ਯੋਗਦਾਨ ਹੈ ਧੰਨਵਾਦ ਹੈ ਉੱਥੇ ਬਿੱਲੇ ਵਰਗੇ ਸ਼ਿੰਦੀ ਸਾਡਾ ਵੀਰ ਪ੍ਰਚਾਰਕ ਸਕੱਤਰ ਹੈ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਸ਼ਿੰਦੀ ਦਾ ਹਰਦੀਪ ਉਹਨਾਂ ਦਾ ਸੀਪੇ ਉਹਨਾਂ ਦਾ ਜਿੰਦਰ ਉਹਨਾਂ ਦਾ ਜੀਤੇ ਵਰਗੇ ਸਾਰੇ ਸਤਿਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵੱਡੀਆਂ ਜ਼ਿੰਮੇਵਾਰੀਆਂ ਰੋਡਿਆਂ ਦੇ ਇਸ ਕਬੱਡੀ ਕੱਪ ਦੀਆਂ ਸਾਂਭੀਆਂ ਹੋਈਆਂ ਨੇ ਸਾਰੇ ਸਤਿਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈ ਉੱਥੇ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਪੰਜ ਗਰਾਈਆਂ ਵਾਲੇ ਅਲਬਾਡਾ ਪੀਐਸਸੀ ਕਬੱਡੀ ਫੈਡਰੇਸ਼ਨ ਦੇ ਜਨਰਲ ਸੈਕਟਰੀ ਆਪ ਸਭ ਨੂੰ ਸੱਦਾ ਦੇ ਰਹੇ ਹੈ ਪੰਜ ਗਰਾਈ ਦੇ ਕਬੱਡੀ ਕੱਪ ਦਾ 9 ਤੇ 10 ਜਨਵਰੀ ਹੋਵੇਗੀ ਪੰਜ ਗਰਾਈ ਦੇ ਕਬੱਡੀ ਕੱਪ ਦੀ ਨਾਲ ਮੇਜਰ ਸਿੰਘ ਬਰਾੜ ਭਲੂਰ ਅਲਬਾਡਾ ਦੀ ਪੀਐਸਸੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਆਪ ਸਭ ਨੂੰ ਸੱਦਾ ਦੇ ਰਹੇ ਹੈ ਨਾਲ ਹੀ ਮੇਰੇ ਵੀਰੋ ਨਿਜ਼ਾਮਪੁਰੀਏ ਤੇਜੀ ਦਾ ਅਲਬਾਡਾ ਦੀ ਪੀਐਸਸੀ ਕਬੱਡੀ ਫੈਡਰੇਸ਼ਨ ਵੱਲੋਂ ਨਗਦ ਰਾਸ਼ੀ ਦੇ ਨਾਲ ਵੱਡੀ ਰਾਸ਼ੀ ਦੇ ਨਾਲ ਮਾਨ ਸਨਮਾਨ ਕਰਨ ਜਾ ਰਹੀ ਹੈ ਅਲਬਾਡਾ ਦੀ ਪੀਐਸਸੀ ਕਬੱਡੀ ਫੈਡਰੇਸ਼ਨ ਪੰਜ ਗਰਾਈ ਦੇ ਕਬੱਡੀ ਕੱਪ ਤੇ ਆਪ ਸਭ ਨੂੰ ਸੱਦੇ ਹੈ ਅੱਜ ਰੌਣਕਾਂ ਬਹਾਰਾ ਰੋਡਿਆਂ ਦੇ ਇਸ ਕਬੱਡੀ ਕੱਪ ਤੇ ਹੈ ਕਿ ਚੱਲ ਮੇਲੇ ਨੂੰ ਚੱਲੀਏ ਪਾਲਾ ਗੇਰ ਤੋਂ ਗੱਡੀ ਦਾ ਵਿੱਚ ਰੋਡਿਆਂ ਦੇ ਮੇਲਾ ਲੱਗਿਆ ਖੇਡ ਕਬੱਡੀ ਦਾ ਅੱਜ ਲੱਗਿਆ ਹੋਇਆ ਮੇਲਾ ਹੈ ਮੇਰੇ ਵੀਰੋ ਦਰਸ਼ਕਾਂ ਦਾ ਹੜ ਆਇਆ ਹੋਇਆ ਪੰਜਾਬ ਦੇ ਟੌਪ ਦੇ ਖਿਡਾਰੀ ਜਿਹੜੇ ਪੁੱਜੇ ਹੋਏ ਨੇ ਰੋਡਿਆਂ ਦੇ ਇਸ ਵੱਡੇ ਕੱਪ ਤੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਸਮੁੱਚੀ ਸਪੋਰਟਸ ਕਲੱਬ ਐਨ ਆਰ ਆਈ ਵੀਰ ਸਮੁੱਚਾ ਨਗਰ ਜਿਨ੍ਹਾਂ ਨੇ ਅੱਜ ਵੱਡੀ ਤਾਦਾਦ ਦੇ ਵਿੱਚ ਆ ਮੈਚ ਕਰਵਾ ਦਿਓ ਸ਼ੁਰੂ ਬਾਈ ਜੀ ਮੇਰੀ ਬੇਨਤੀ ਸਾਡਾ ਟਰੈਕਟਰ ਵਾਲਾ ਵੀਰ ਜਿਹੜਾ ਪਾਣੀ ਦਾ ਛਿੜਕਾਅ ਹੋਰ ਕਰ ਦਿੱਤਾ ਜਾਵੇ
खेड ग्राउंड दे विच मेरी बेनती है ट्रैक्टर वाले वीर नूं भी आपां इक थां नहीं खड़ाउणा क्योंकि फिर चिक्कड़ हो जाना है। अगले मैच दीआं टीमां डगोर माणा ते हरदासा, ये टीमां जिहड़ियां तैयार वर तैयार रहण, डगोर माणा ते हरदासे दीआं टीमां तैयार रहण अगले मैच लई। अनाउंसर साहब सरदार गुरविंदर सिंह जी भुल्लर एस एच ओ समालसर पहुंचे ने, उन्हां दा सारे ही प्रबंधक कमेटी वालों जी आया धन्यवाद किया जाता भुल्लर साहब का, उन्होंने नाल सरदार गुरपाल सिंह जी एस आई, सरदार बूटा सिंह जी, निर्मल सिंह, जिन्हें भी सारे मुलाजम वीर पहुँचे ने जो बहुत इमानदारी ड्यूटी दे रहे हैं, सारे का बहुत बहुत धन्यवाद किया जाता। सरदार गुरविंदर सिंह जी भुल्लर साहब का बहुत बहुत धन्यवाद। उधर सीनियर पुलिस ऑफिसर सरदार गुरविंदर सिंह जी भुल्लर साहब विशेष तौर पर पुजे है, असी इतने पुजन से सरदार तेजा सिंह वराड़ स्पोर्ट्स क्लब रोडिया की तरफों विशेष तौर पर धन्यवाद करते हैं। साढ़े बिट्टू जी सत्कारयोग वीर आई हुई शहीदों जी आख रहे हैं, उन्होंने भी असं बहुत बहुत धन्यवाद करते हैं। डगोर माणा ते हरदासे दीआं टीमां अगले मैच लई जल्दी नाल खेड ग्राउंड दे विच पुज्जण, डगोर माणा ते हरदासे दीआं टीमां जल्दी नाल खेड ग्राउंड दे विच पुज्जण। उस तों बाद खाई ते कौंके कोट करोड़ ते रसूरपुर माड़ी मुस्तफा ते पंज ग्राई ये भी टीमां जिहड़ियां जल्दी नाल खेड ग्राउंड दे विच पुज्जण। लै वी नौजवान नूं करा दो मैच शुरू, ऑफिशियल फौजी भैणी जी नाल फूले वालिया नाल कहिंदे लंगे वालिया, नौजवान दा कहिंदे इंडगढ़ पिंड है, निंदू नाम है, रज्जी वाले दी टीम रोडे पिंड वाली साइड ते दूसरे पासे मेरे वीरो टीम इंडगढ़ दी बी टीम है। लाओ सामने बब कहिंदे सी जाफी नूं रज्जी वाले दी धरती दा, खेड मैदान दे विच बजी हुई कैंची है कि मार सोहणिया कैंची रेडर सुका जावे ना, पुत बगाना खिंच के लै जांदा पाड़ी ते, लाओ बजी हुई कैंची लग्या होया योर दोनों खिडारियों का फैसला आलम वाली का अजमेर के नाल लंघियाणियां करता होया भी ये पॉइंट जाफी दे हिस्से जुड़ता होया। खोसे कोटले की धरती का नौजवान बूटा टेक धरती मां नूं मत्था कर सच्चे पातशाह नूं याद कबड्डी पाउण दे लई वाधा होया। उरली कली ते नौजवान गिल ते नाल कहिंदे नौजवान शिंदर ते नाल रूपा ते नाल दुनिया के कीड़े जाफिया विच नाम है कि लाई साधु सौ कलास होया कौडी विच पास आउंदा गिट्टियां नूं तेज डाउंदा रेडरां दे फेज, कहिंदे अमरू दा यार मुंडा कौडी दा स्टार करके मेहनत ने पाया ए टीचा, कबड्डी के मैदानों में छाया इंदगढ़ का बगीचा, कबड्डी के मैदानों में छाया इंदगढ़ का बगीचा, कहिंदे घल खोरते कबड्डी टूरनामेंट से मोटरसाइकिल दिता जाना इस नौजवान खिडारी नूं। बाबा फरीद कबड्डी क्लब बैडमिंटन की टीम वालों खेडिया मुदकी पिंड है, नौजवान बब्बू की पई हुई कबड्डी से नौजवान जाफी इस वेले जंटा पूरी कोशिश कर रहा है, मुदकी की धरती का नौजवान बब्बू बहुत सोहना पॉइंट अपनी टीम लई जोड़दा होया, रज्जी वाले की धरती का नौजवान निका अगली कबड्डी पाउण दे लई फिर खेड मैदान दे विच वध्या होया। लाओ चार जाफी तैयार ने कि आ गया खिडारी, देखो खिंच के तैयारियां मेहनत दे नाल यारों पाडियां शिंगारियां, लगूगा मैदान विच जोर चोटी अड्डी का, कौडी तो हीरा बन जे जिन्हों लग जे कबड्डी का। लाओ सामने नौजवान गभरू गिल दे नां दे नाल जाणा जांदा खेड कबड्डी दी दुनिया विच लाउंदा होया तकड़ा जफ्फा मेरे वीरो, खेड मैदान दे विच वेखदा वी पई हुई पुठी इस दा दे नाल गाजियाणियां काले ने दुनिया के कहिंदे धनंतर जाफियां नूं जफ्फे ला के मेरे वीरो दुनिया लुट्टण वाली गल कीती है, उसे दा दे नाल नौजवान ने बहुत तकड़ा जफ्फा ला के अपनी टीम लई लखा जिहा पुआड़ जोड़ दिता है कि फुल्लां उत्ते हर कोई सौ लैंदा कंडियां ते सौणा औखा है, दशमेश ने पुत चार वारे पुत इक मरवाउणा औखा है, पुत इक मरवाउणा औखा है, बाजा वाले गुरु की बख्शी हुई सिखी है नाल गल कहिंदे खेड कबड्डी दी है मेरे वीरो। नौजवान निंदू इस वेले इंदगढ़िया हरजीत फैन कबड्डी क्लब पत्तू हीरा सिंह की टीम वालों खेडदा, सरदार साधु सिंह वराड़ उन्हां दी टीम वालों बहुत सोहना पॉइंट अपनी टीम लई जोड़दा है। अगला मैच डगोर माणा ते हरदासे दीआं टीमां दे दरम्यान खेडिया जाणा है, बहुत तगड़ा मैच खेडिया जाना है दोनों टीमों के दरम्यान, वो भी टीम पुजन खाई ते कौके भी टीम के प्लेयर तैयार हैं। लाओ बूटे की पई हुई कबड्डी से नौजवान शिंदर, इधर फैसला हो चुका है भी पॉइंट धावी के हिस्से जुड़ता होया कि जिसम मचा पैंता बिच जग दे फिर कितने जागे चरते होंगे ने बिच जग दे।
ਲਾ ਇਸੇ ਭਾਈ ਫਿਰ ਕਬੱਡੀ ਕਿ ਜਿਸਮ ਮਚਾਉਣਾ ਪੈਂਦਾ ਵਿੱਚ ਅੱਗ ਦੇ ਫਿਰ ਕਿਤੇ ਜਾ ਕੇ ਚਰਚੇ ਆਉਂਦੇ ਨੇ ਵਿੱਚ ਜੱਗ ਦੇ ਗੱਲਾਂ ਸੱਚੀਆਂ ਆਖਦਾ ਲੋਪੋ ਪਿੰਡ ਵਾਲਾ ਨਾਲ ਜੱਗ ਤੇ ਬਣਾਉਣਾ ਹੀ ਸਖਾਲਾ ਨਾਲ ਜੱਗ ਤੇ ਬਣਾਉਣਾ ਨਹੀਂ ਸਖਾਲਾ ਇਹਨਾਂ ਕਬੱਡੀ ਖਿਡਾਰੀਆਂ ਦਾ ਨਾਂ ਹੈ ਦੁਨੀਆ ਸਰਨਾਮੇ ਪੁੱਛਦੀ ਹੈ ਕਿ ਛਾਤੀ ਵਿੱਚ ਵੱਲ ਹੋਵੇ ਲੋਕੀ ਤਾਂ ਪੁੱਛਦੇ ਸਰਨਾਮਾ ਹਰਜੀਤ ਵਰਾੜ ਜੇ ਵਿਰਲੇ ਪੁੱਤ ਜੰਮਦੀਆਂ ਮਾਮਾ ਹਰਜੀਤ ਵਰਾੜ ਜੇ ਵਿਰਲੇ ਪੁੱਤ ਜੰਮਦੀਆਂ ਮਾਮਾ ਦੁਨੀਆ ਦੇ ਉਸ ਮਹਾਨ ਕਬੱਡੀ ਖਿਡਾਰੀ ਨੂੰ ਵੀ ਯਾਦ ਕਰਦੇ ਆ ਮੇਰੇ ਵੀਰੋ ਜਿਸ ਨੇ ਇਸ ਕਬੱਡੀ ਨੂੰ ਉੱਪਰ ਲਿਜਾਣ ਦੇ ਲਈ ਆਪ ਤਾਂ ਚੱਲ ਗਿਆ ਪਰ ਬਹੁਤ ਵੱਡਾ ਯੋਗਦਾਨ ਪਾ ਗਿਆ ਲਓ ਸਾਹਮਣੇ ਨੌਜਨ ਗੱਭਰੂ ਨਿੱਕਾ ਰੱਜੀ ਵਾਲੀ ਆ ਕਬੱਡੀ ਪਾ ਰਿਹਾ ਜਾਫੀ ਨੌਜਨ ਸ਼ਿੰਦਰ ਹੈ ਪਿੰਡਗੜ੍ਹ ਦੀ ਧਰਤੀ ਦਾ ਨੌਜਨ ਗੱਭਰੂ ਬਹੁਤ ਸੋਹਣਾ ਜੱਫਾ ਲੱਗਦਾ ਹੋਇਆ ਖੇਡ ਮੈਦਾਨ ਦੇ ਵਿੱਚ ਇੰਦਗੜ ਦਾ ਨੌਜਨ ਸ਼ਿੰਦਰ ਨੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੰਦਾ ਹੈ ਅਗਲੀ ਕਬੱਡੀ ਨੌਜਨ ਨਿੰਦੂ ਇੰਦਗੜੀਆ ਖੇਡ ਮੈਦਾਨ ਦੇ ਵਿੱਚ ਫਿਰ ਪਾਉਣ ਦੇ ਲਈ ਵਾਧਾ ਹੋਇਆ ਕਿ ਕੰਡਿਆਂ ਦੀ ਮਾਰ ਸਹਿ ਕੇ ਹੀ ਮਿਲਦਾ ਫੁੱਲ ਬਈ ਪਰਖ ਪਰਕੇ ਪਾਉਂਦਾ ਹੈ ਜਵਾਰੀ ਹੀਰੇ ਦਾ ਮੁੱਲ ਬਈ ਇੱਥੇ ਹੁੰਡਰਾਂ ਦੇ ਮੁੱਲ ਪੈਂਦੇ ਨੇ ਰੰਗ ਦੇਖਿਆ ਨਹੀਂ ਜਾਂਦਾ ਗੋਰਾ ਤੇ ਕਾਲਾ ਨਾ ਜੱਗ ਤੇ ਬਣਾਉਣਾ ਨਹੀਂ ਸਖਾਲਾ ਨਾ ਜੱਗ ਤੇ ਬਣਾਉਣਾ ਨਹੀਂ ਸਖਾਲਾ ਲਓ ਇਸ ਲਈ ਨਿੰਦੂ ਇੰਦਗੜੀਆ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਅਗਲੀ ਕਬੱਡੀ ਨੌਜਨ ਗੱਭਰੂ ਫਿਰ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਰੱਜੀ ਵਾਲੇ ਦੀ ਧਰਤੀ ਦਾ ਲਓ ਇਸ ਲਈ ਬੋਲਿਆ ਹੋਇਆ ਧਾਵਾ ਇਸ ਨੌਜਨ ਗੱਭਰੂ ਦਾ ਚਾਰ ਜਾਫੀਆਂ ਦੇ ਵਿੱਚੋਂ ਕੌਣ ਠੱਲ ਪਾਉਂਦਾ ਹੈ ਕਿ ਧਾਵੀ ਕਹਿੰਦਾ ਉੱਡ ਉੱਡ ਪਾਊਂਗਾ ਕਬੱਡੀਆਂ ਹਿੱਕਾਂ ਲੱਤਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ ਹਿੱਕਾਂ ਲੱਤਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ ਜੰਦਰ ਵੱਡੀਆਂ ਤਾਕਤਾਂ ਦੇ ਕਹਿੰਦੇ ਅੱਜ ਜ਼ੋਰ ਪਰਖੇ ਜਾ ਰਹੇ ਹੈ ਰੋਡਿਆਂ ਦੀ ਧਰਤੀ ਹੈ ਟੀਐਸਵੀ ਕਲੱਬ ਰੋਡੇ ਸਪੋਰਟਸ ਕਲੱਬ ਬਹੁਤ ਵੱਡੇ ਮੇਰੇ ਵੀਰੋ ਉਦਮ ਸਦਕਾ ਐਨਆਰਆਈ ਵੀਰਾਂ ਦੇ ਵੱਡੇ ਯੋਗਦਾਨ ਸਦਕਾ ਵੱਡਾ ਕੱਪ ਕਰਵਾ ਰਹੀ ਹੈ ਦਰਸ਼ਕਾਂ ਦਾ ਠਾਠਾ ਮਾਰਦਾ ਕੱਟ ਮੇਰੇ ਵੀਰੋ ਐਨ ਆਨੰਦ ਵੱਜਿਆ ਪਿਆ ਹੈ ਰੋਡਿਆਂ ਦੀ ਧਰਤੀ ਤੇ ਇਸ ਵੇਲੇ ਨੌਜਨ ਗੱਭਰੂ ਦੀ ਨਿੰਦੂ ਦੀ ਪਈ ਹੋਈ ਕਬੱਡੀ ਚਾਰ ਜਾਫੀਆਂ ਵਿੱਚੋਂ ਨੌਜਨ ਜੰਟਾ ਹੈ ਇਸ ਵੇਲੇ ਰੱਜੀ ਵਾਲੀ ਆ ਫੜਿਆ ਹੋਇਆ ਗੇਟਾ ਨੌਜਨ ਗੱਭਰੂ ਦਾ ਧਾਵੀ ਛੜਾ ਪਾਵੇਗਾ ਕਿ ਨਹੀਂ ਵੱਜਦਾ ਹੋਇਆ ਪੰਪ ਲਓ ਇਸ ਵੇਲੇ ਕਿ ਦੁੱਲੇ ਦਾ ਪੰਪ ਸੋਨੂ ਦਾ ਜੰਪ ਕਾਲੂ ਦੀ ਭਾਜ ਭੀਮ ਦਾ ਡਾਜ ਦਿਲ ਨੂੰ ਲੁੱਟਦੇ ਨੇ ਸੁੱਖਾ ਤੇ ਗੁਰਵਿੰਦਰ ਧਾਵੀ ਪੁੱਠੇ ਕਰਕਰ ਸੁੱਟਦੇ ਨੇ ਅੱਜ ਕਹਿੰਦੇ ਤਿੰਨ ਕਬੱਡੀ ਦੇ ਸਤਾਰਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਇੱਕ ਤੂਤ ਪਿੰਡ ਦਾ ਕਬੱਡੀ ਦਾ ਅਨਮੋਲ ਹੀਰਾ ਕਿ ਨਾ ਗੁਰਜੀਤ ਪਿੰਡ ਤੂਤ ਜੱਟ ਦਾ ਪਾ ਕੇ ਕਬੱਡੀ ਆਉਂਦਾ ਧੂੜਾ ਪੜਦਾ ਨਾ ਗੁਰਜੀਤ ਪਿੰਡ ਤੂਤ ਜੱਟ ਦਾ ਪਾ ਕੇ ਕਬੱਡੀ ਉਹਦਾ ਧੂੜਾ ਪੜਦਾ ਨਾਲ ਸੈਦੋਕੇ ਵਾਲਾ ਮੱਖਣ ਹੈ ਧਾਲੀਵਾਲ ਪਰਿਵਾਰ ਦਾ ਸਿਰੇ ਦਾ ਖਿਡਾਰੀ ਹੈ ਤੇ ਨਾਲ ਕਹਿੰਦੇ ਸਿੱਧੂਆਂ ਦਾ ਪੁੱਤਰ ਦੌਦਰ ਪਿੰਡ ਦਾ ਵਰਿੰਦਰ ਦੁਨੀਆ ਦਾ ਟਾਪ ਦਾ ਜਾਫੀ ਇਹਨਾਂ ਕਬੱਡੀ ਦੇ ਸਤਾਰਾਂ ਦੇ ਮਾਨ ਸਨਮਾਨ ਹੋਣੇ ਹੈ ਇੱਧਰ ਬੂਟੇ ਨੇ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਹੈ ਅਗਲੇ ਮੈਚ ਦੀਆਂ ਟੀਮਾਂ ਡੱਗੋ ਰਮਾਣਾ ਤੇ ਹਰਦਾਸਾ ਇਹ ਟੀਮਾਂ ਦੇ ਪਲੇਅਰ ਤਿਆਰ ਰਹਿਣ ਖਾਈ ਤੇ ਕੌਂਕੀ ਕੋਟ ਕਰੋੜ ਤੇ ਰਸੂਰਪੁਰ ਮਾੜੀ ਮੁਸਤਫਾ ਦੇ ਪੰਜ ਗ੍ਰਹੀ ਹੈਲੋ ਆ ਮੈਚ ਦਾ ਰਿਜ਼ਲਟ ਅਨਾਊਂਸ ਨਾ ਕਰਿਓ ਵੀਰ ਜੀ ਰੱਜੀ ਵਾਲੀ ਟੀਮ ਤੇ ਇਤਰਾਜ਼ ਆ ਇੱਧਰ ਇਤਰਾਜ਼ ਕੀਤਾ ਇੰਦਗੜ ਦੀ ਟੀਮ ਨੇ ਰੱਜੀ ਵਾਲੀ ਦੀ ਟੀਮ ਤੇ ਇਹ ਪ੍ਰਬੰਧਕੀ ਕਮੇਟੀ ਫੈਸਲਾ ਕਰੇਗੀ ਇਸ ਮੈਚ ਦਾ ਡੱਗੋ ਰਮਾਣਾ ਤੇ ਹਰਦਾਸੇ ਦੀਆਂ ਟੀਮਾਂ ਜਿਹੜੀਆਂ ਤਿਆਰ ਰਹਿਣ ਅਗਲੇ ਮੈਚ ਲਈ ਖਾਈ ਤੇ ਕੌਂਕੇ ਕੋਟ ਕਰੋੜ ਤੇ ਰਸੂਰਪੁਰ ਮਾੜੀ ਮੁਸਤਫਾ ਦੇ ਪੰਜ ਗ੍ਰਹੀ ਟੀਐਸਵੀ ਕਲੱਬ ਰੋਡੇ ਤੇ ਬਘੇਲਾ ਇਹ ਵੀ ਟੀਮਾਂ ਦੇ ਪਲੇਅਰ ਅਗਲੇ ਮੈਚਾਂ ਲਈ ਤਿਆਰ ਰਹਿਣ ਉਧਰ ਮੁਦਕੀ ਵਾਲਾ ਨੌਜਨ ਉੱਡੂ ਉੱਡੂ ਕਰਦਾ ਸਰੀਰ ਇਸ ਗੱਭਰੂ ਦਾ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਪਾਵੀ ਨੌਜਨ ਨਾ ਕਬੱਡੀ ਇੱਧਰ ਨੌਜਨ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਬੂਟਾ ਮੇਰੇ ਵੀਰੋ ਫਿਰ ਤਿਆਰੀ ਕਰਦਾ ਹੋਇਆ ਕਿ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਝੇ ਹੈਲੋ ਚੱਲ ਵੀਰੇ ਲਓ ਇਸ ਲਈ ਕਹਿੰਦੇ ਮੁਦਕੀ ਪਿੰਡ ਦਾ ਮੇਰੇ ਵੀਰੋ ਬੱਬੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਇੱਕ ਜਲਾਲ ਵਾਲਾ ਬੱਬੂ ਕਹਿੰਦੇ ਇਸ ਸਾਲ
कनेडा दे पूरे सीजन दा पहले नंबर दा खिलाड़ी डिक्लेयर होया है। एक सर्वजीत बब्बू पढ़ाने दा मशहूर है ते नौजन बब्बू बहुत तगड़ा पॉइंट मुदगी वाला अपनी टीम लई जोड़दा होया। अगला मैच कहिंदे बहुत तगड़ा मैच खेडा जाना है दोनों टीमों के दरमियान डगोर माणा ते हरदासे दी टीमों के दरमियान। इस मैच का रिजल्ट नहीं अनाउंस किया जाएगा क्योंकि इतराज किया गया है। इधर शरना डगोर माणिया कहते दुनिया के टॉप के जाफिया में नाम है नाल सेवक वर्गे भलूर का कीपा हरदयाल सिंह हैरी हरदासे का सुख हरदासे वाले का नाम भी कहते सुपरस्टारा विच है ते नाल बसिया वाला नौजन दौदर के कबड्डी कप का कहते बेस्ट जाफी संदीप पुज गया ते जिस नौजन का अल्टो गड्डी ना मान सम्मान करना है सरदार मेजर सिंह बराड़ ने सतनाम डगोर माणे का वह भी खेड मैदान पुज गया। बहुत तगड़ा मैच दोनों टीमों के दरमियान खेडिया जा रहा है। थोड़े समय के दरमियान बहुत तगड़ी टक्कर जी शुरू होने जा रही है। खाई ते कौके कोट करोड़ ते रसूरपुर माड़ी मुस्तफा ते पंज ग्राई नाल टीवीएस क्लब रोड ते बघेला यह भी टीमों के प्लेयर जल्दी ना खेड ग्राउंड पुजन। मैच बहुत तगड़ा खेडे जाने दर्शक भीर एक पासे कहिंदे टीम डगोर माणे दी कोटकपुरे दा एरिया है जिले फरीदकोट दा बड़ा मशहूर पिंड है। जदों फरीदकोट दी गल आउंदी है तां मेरे वीर हरजीत वराड़ दा चेता हुंदा अंबी अठूर वर्गे साबी मल्लियां दा देबे वर्गे खिडारी अठूर दा अमन बहुत वड्डा घाटा पा गया है। इस खेड कबड्डी नूं आपां सारे विछड़े खिडारियों नूं वी याद करदे हैं। डगोर माणे की टीम रोडिया वाली साइड ते दूसरे पासे जिले फिरोजपुर दा हरदासा पिंड सरदार साधु सिंह दे दोनों पोतरां ने पूरी दुनिया दे विच मशहूर कर दिता है। बहुत तगड़ा मैच दोनों टीमों के दरमियान शुरू हो जा रहा है। खाई ते कौके कोट करोड़ ते रसूरपुर दीआं टीमां वी जिहड़ियां अगले मैच लई तैयार रहन कोट करोड़ ते रसूरपुर माड़ी मुस्तफा ते पंज ग्राई टीवीएस क्लब रोड ते बघेला इन टीमों के दरमियान बहुत तगड़ा मैच खेडिया जा रहा है। जेडे अगले मैच होने उन्होंने टीमों को बेनती है भी ग्राउंड च आ जाए कि खेड कबड्डी वसाए ने बिच खून दे पाउंदा है रेड नाल पूरे जनून दे बेस्ट उस कप का जो कराउंदे पूरे वाला रेडर बड़ा तकनीकी यारो हरदासे दा हरदयाल आ रेडर बड़ा तकनीकी बड़ा टैक्नीकल प्लेयर है नौजन गभरू पूरे वाल भरावान की कबड्डी कप का बहुत मेरे वीरों बड़े बजट का कप करवाया जाता है उस कप का यह बेस्ट है। आ नौजन डगोर माणिया कि जेड़ा खेड़दा कबड्डी नाल जी जान दे ना उन्हां दा ही हुंदा यारो जहान ते मुल पैंदा है जरूर जिन्हां सच्चे दिलों मेहनतां ने मारियां कबड्डी दे खिडारियों नूं मिलदियां अल्टो स्विफ्ट सवारियां कबड्डी दे खिडारियों नूं मिलदियां अल्टो स्विफ्ट सवारियां अल्टो गड्डी देनी सरदार मेजर सिंह बराड़ ने करमपाल सिद्धू ने गुरलाल माणूके वाले ने इधर नौजन हरदयाल सिंह हैरी हरदासे की धरती का दौदर के कप का नौजन इस साल का बेस्ट रेडर है। हरजीत तलवार क्लब एम स्पोर्ट की टीम वालों कनेडा की धरती से बहुत तगड़ा प्रदर्शन किया है। इस साल बाबा फरीद कबड्डी क्लब ने चोण की 2012 के लाओ इस हरदयाल बहुत तगड़ा पॉइंट अपनी टीम लिए जोड़ता हुआ कि छड़ दुनियावी नशे दिल में साधी बैठा कौड़ी के सुरूर नूं लैणा जे बुलेट पा के तू दिखा दे रे मेजर भलूर नूं लंडे के दा कप जदों इस साल आऊगा करमपाल सिद्धू तैनूं चाबियां फड़ाऊगा। आ कबड्डी दे महान प्रमोटर दा पेंडू है मेरे वीरो मेजर सिंह बराड़ दा पेंडू इसलिए कीपा भलूर वाला कबड्डी पा रहा है। उधर सुख जाफ लाइन दे विच नौजन गभरू ते पॉइंट इसलिए भलूर की धरती का कीपा अपनी टीम लई जोड़दा होया तावी नौजन ना अगली कबड्डी सुख हरदासे की धरती का कनेडा दीआं खेड ग्राउंडां विच खेडिया टॉप के ढावियों में नाम है अंबी एंड अमन अठूर इंटरनेशनल कबड्डी कप की टीम लई खेडदा कि चर्चा है दी चारे पासे साधु सिंह दे घर जम्मिया विच हरदासे माड़े मोटे जाफिया तो नहीं रुकदा नाम है सतारा विच यारो सुख दा नाम है सतारा विच यारो सुख दा सुपर सतारा विच नाम है सुधावी दा उधर शरना डगोर माणे दा कई टूरनामेंट का बेस्ट जाफी डिकलेयर होया पर पॉइंट सुख हरदासे की धरती का अपनी टीम लई जोड़दा होया जिहड़ा तीर निशाने खुंझ जे ओह काढ़ा है हथियार ओदी जित हमेशा दोस्तों जो पहला करजे वार जेड़ा पहला करजे वार दौदर दे कप दा कहंदे बेस्ट है
कि पिंड वसिया जिले लुधियाने का संदीप का खिडारी यार पूरा है टिकाने का, पर टिकाने का जिथे जाफी है टिकाने का धावी है डगो रमाने का सतनाम सिंह लाहरदयाल सिंह हरी अगली कबड्डी पाउण दे लई खेड मैदान दे विच वाधा होया कि विच गहरे झल्लां दे कदे शेर ना रहिंदे गुजे कौन ठल्ले तफाना नूं सागर विच ना पैंदे गुजे सेवक नाम है फड़िया होया गुट है वेख लै वी नौजन शराब पावेगा कि नहीं लाहरदयाल बहुत तगड़ा पॉइंट अपनी टीम लई एडजस्ट करदा होया बहुत तगड़ा पॉइंट अपनी टीम लई जोड़दा होया एक सद्दो वाली आ एक बदनी खुरदा मशहूर है एक सुरखपुरिया मशहूर है यह नौजन कीता मेरे वीरो भलोर पिंड दा खेड मैदान कबड्डी पा रहा है तीन जाफिया विचों मसिया वाला है नौजन संदीप पूरी कोशिश करदा पर नौजन इसलिए कीपा भलूर वाला जो ने सच्ची गल लिखी है ताइयों दुनिया विच फेमस है कि कां वर्गी तेज निगाह जेड़े रेडरां दी पता नहीं लगता कदों लाई जाते ने इधर नौजन सुख अगली कबड्डी पाने के लिए फिर खेड मैदान वधा होया मखण चड़क की टीम वालों खेडदा पंजाब दे कप्पा ते इधर नौजन जाफी पूरी कोशिश करदा होया वेखदा ते नौजन ला पाऊ जफा के नहीं मित्रों लाओ सुख नौजन पूरा सेफ होके खेडदा नौजन बहुत तगड़ा पॉइंट अपनी टीम लई जोड़दा है सतनाम डगो रमाणे का अगली कबड्डी पाने के लिए वधा होया कि जिहड़ा करदा मैदानां विच कहर वी उही करदा विदेशों की शहर भी कितने इंग्लैंड कितने कनेडा की गेड़ियां मारिया कौडी के खिलाड़ियों मिलदियां अल्टो स्विफ्ट सफारियां पांच गड्डियां दित्तियां जानियां इस साल लंडे के कबड्डी कप ते सरदार मेजर सिंह ब्राड़ करमपाल सिद्धू गुरलाल माणू के नाल जलंधर सिंह जी सिद्धू है हरदयाल सिंह हैरी अगली कबड्डी पाउण दे लई फिर खेड मैदान दे विच वधिया होया चार जाफियां दी खिंची हुई तैयारी है शरना डगो रमाणे दी धरती दा खेड मैदान दे विच ला पाउ जफा जे मैच दा स्वाद आ रिहा ताड़ियां मार दो दर्शक वीरो बहुत तगड़ा मैच है दोनों टीमां दे दरम्यान शरना डगो रमाणे दा कि चंडिया है गबरू कोच सियाने दा टॉप दा जाफी शरना डगो रमाणे दा पर हरदयाल दा भी ना कहंदे सुपरस्टारां विच है बहुत तगड़ा पॉइंट नौजन ने हेलो टीम लई एडजस्ट कर दित्ता 500 रुपया हरदयाल हरदासे दे लई सरदार जलंधर सिंह जी सिद्धू भेजदे आ उधर जलंधर सिंह जी सिद्धू 500 रुपये दे मान करदे है इधर बसिया वाला नौजन गबरू लाओ सामने ਭਲੂਰ ਦੀ ਧਰਤੀ ਦਾ ਨੌਜਵਾਨ ਕੀਪਾ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ ਖਾਈ ਤੇ ਕੌਂਕੇ ਕੋਟ ਕਰੋੜ ਤੇ ਰਸੂਰਪੁਰ ਦੀਆਂ ਟੀਮਾਂ ਵੀ ਅਗਲੇ ਮੈਚਾਂ ਲਈ ਤਿਆਰ ਰਹਿਣ ਕਿ ਪੁੱਤਾਂ ਨੂੰ ਖੋ ਖੜਾਉਣੀ ਹੈ ਕਬੱਡੀ ਏਸੀ ਸਾਧੂ ਸਿੰਘ ਦਾ ਸ਼ੌਂਕ ਵੀ ਕਰਕੇ ਮਿਹਨਤ ਗੱਭਰੂ ਬਣ ਗਿਆ ਟੌਪ ਵੀ ਬਾਈ ਜੀਤੇ ਉਰੇ ਆਈ ਜੀਤਾ ਲਓ ਇਸੇ ਲਈ ਸੁਖ ਅਰਦਾਸੇ ਵਾਲਾ बाप का शौक सी क्योंकि आप बाप ने बहुत तगड़ी कबड्डी खेडी है पुता नु कबड्डी खिलाउणी है अज दोनों खिलाड़ी सुपरस्टार है इधर सतनाम डगो रमाणे वाला मेरे वीरो खेड मैदान दे विच कबड्डी पाउंदा होया बसिया वाला संदीप कहंदे है एक कहंदे महमद वाली आ एक मशहूर लल्लिया वाला है जिहदा जग दवाना है ते इधर नौजन गबरू सतनाम बहुत तगड़ा पॉइंट अपनी टीम लई जोड़दा होया कि किताब तहर नु मिल जांदी पर पढ़ना औखा है मंजिल भी रब दे दिंदा पर खड़ना औखा है अनाउंसर साहब सरदार दर्शन सिंह जी मैंबर साहब फौजी साहब 2500 रुपया टूरनामेंट लई टूरनामेंट कमेटी नूं दिंदे आ उहदे खजानची नूं बेनती है भी आके वह अपना 2500 रुपया लै लैन ਰਾ ਉਧਰ ਪਈ ਹੋਈ ਪੁੱਠੀ ਦਿਲੋਂ ਮਾਰ ਕੇ ਜਾਨ ਠੱਲਣੇ ਪੈਂਦੇ ਨੇ ਤੂਫਾਨ ਲੱਤਾਂ ਵਿੱਚ ਵੜ ਕੇ ਗਿੱਟਾ ਫੜ ਕੇ ਪੁੱਠੀ ਪਾਉਣੀ ਪੈਂਦੀ ਏ ਦੁਨੀਆ ਐਵੇਂ ਨਹੀਂ ਉਹ ਮੰਨਦੀ ਖੇਡ ਦਿਖਾਉਣੀ ਪੈਂਦੀ ਏ ਲੱਤਾਂ ਵਿੱਚ ਵੜ ਕੇ ਗਿੱਟਾ ਫੜ ਕੇ ਪੁੱਠੀ ਪਾਉਣੀ ਪੈਂਦੀ ਏ ਦੁਨੀਆ ਐਵੇਂ ਨਹੀਂ ਉਹ ਮੰਨਦੀ ਖੇਡ ਦਿਖਾਉਣੀ ਪੈਂਦੀ ਏ 500 ਰੁਪਿਆ ਸ਼ਰਨੇ ਨੂੰ ਸਰਦਾਰ ਜਲੰਧਰ ਸਿੰਘ ਸਿੱਧੂ ਵੱਲੋਂ 500 ਰੁਪਿਆ ਇਸ ਪੁਆਇੰਟ ਤੇ ਦਿੱਤਾ ਜਾਂਦਾ ਸ਼ਰਨੇ ਨੂੰ उधर जलंधर सिंह जी सिद्धू 500 दे मान करदे आ इस नौजन खिडारी दी इधर मारदा पट्टा ते थापी आ भलूर वाला नौजन कीपा आजाद कबड्डी क्लब बैडमिंटन दी टीम वल्लों वारे वाली टोने उहनां दी टीम वल्लों खेडदा पंजाब दे कप्पां ते इधर हरजीत एंड तलवार कबड्डी क्लब जगराओं दी टीम वल्लों खेडदा हरदयाल सिंह हैरी हरदासे पिंड दा खेड मैदान दे विच अगली कबड्डी पाउण दे लई मेरे वीरो वधिया होया उधर जाफी दी कोशिश है लग्गिया होया जोर सेवक ते इस वेले कहंदे हरदयाल दे दरम्यान चलदा होया मुकाबला वेखो सामने गल कसूती होई पई है समा बीतदा जा रिहा है
ਦਰਕਾਂ 'ਚ ਫੁੱਲੇ ਲਾਰੇ ਨੇ ਨੌਜਵਾਨ ਹਰਦਿਆਲ ਸਿੰਘ ਹੈਰੀ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਇਧਰ ਨੌਜਵਾਨ ਸਤਨਾਮ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਸਾਰਾ ਕੁਝ ਹੈ ਬਾਬੇ ਨਾਨਕ ਦੇ ਹੱਥ 'ਚ ਰੋਜਰ 'ਚ ਖੜਾ ਦਿੰਦਾ ਜਿਹੜਾ ਖੇਡਦਾ ਸੀ ਕਿਤੇ ਪਿੰਡ ਦੀ ਸੱਥ 'ਚ ਲੋਪ ਵਾਲੇ ਨੇ ਵੀ ਲਾਈਆਂ ਕੁੰਡਲਾਂ ਵਾਲੇ ਸਵਾਮੀ ਨਾਲ ਯਾਰੀਆਂ ਕਬੱਡੀ ਦੇ ਖਿਡਾਰੀਆਂ ਨੂੰ ਮਿਲਦੀਆਂ ਅਲਟੋ ਸਵਿਫਟ ਸਵਾਰੀਆਂ ਕਬੱਡੀ ਦੇ ਖਿਡਾਰੀਆਂ ਨੂੰ ਬਹੁਤ ਵਧੀਆ ਕਮੈਂਟੇਟਰ ਬਈ ਅਮਨਾ ਲੋਪੋ ਬਹੁਤ ਧੰਨਵਾਦ ਬਈ ਤੇਰਾ ਲਓ ਇਸ ਵੇਲੇ ਸੁਖ ਅਰਦਾਸੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਚਾਰ ਜਾਫੀ ਬਿਲਕੁਲ ਤਿਆਰ ਨੇ ਨੌਜਵਾਨ ਸੇਵਕ ਪੂਰੀ ਕੋਸ਼ਿਸ਼ ਕਰਦਾ ਫੜਿਆ ਗੁੱਟ ਵੱਜ ਗਈ ਕੈਂਚੀ ਕਿ ਗੁੱਟ ਨੂੰ ਫੜ ਕੇ ਕੈਂਚੀ ਜੜ ਕੇ ਹੱਥ ਧੌਣ ਤੇ ਧਰ ਕੇ ਟੰਗੀ ਲਾਉਣੀ ਪੈਂਦੀ ਏ ਦੁਨੀਆ ਐਵੇਂ ਨਹੀਂ ਉਹ ਮੰਨਦੀ ਖੇਡ ਦਿਖਾਉਣੀ ਪੈਂਦੀ ਏ ਜੇ ਮੈਚ ਤਗੜਾ ਖੇਡਿਆ ਗਿਆ ਤਾਂ ਤਾੜੀਆਂ ਜ਼ਰੂਰ ਮਾਰ ਦਿਓ ਦਰਸ਼ਕ ਵੀਰੋ ਬਹੁਤ ਤਗੜਾ ਮੈਚ ਹੈ ਰੋਡਿਆਂ ਦੀ ਧਰਤੀ ਹੈ ਪਵਿੱਤਰ ਧਰਤੀ ਹੈ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਹੈ ਮੈਚ ਸਮਾਪਤ ਹੈ ਬਹੁਤ ਸ਼ਾਨਦਾਰ ਮੈਚ ਬਈ ਬਹੁਤ ਵਧੀਆ ਲੋਕਾਂ ਨੇ ਇੰਜੋਏ ਕੀਤਾ ਇਸ ਮੈਚ ਦਾ ਦੋਨਾਂ ਟੀਮਾਂ ਨੂੰ ਬਈ ਬਹੁਤ ਬਹੁਤ ਵਧਾਈ ਜੋ ਪਹਿਲਾ ਮੈਚ ਖੇਡਿਆ ਗਿਆ ਸੀਗਾ ਉਹਨਾਂ ਦੇ ਵਿੱਚ ਇਤਰਾਜ਼ ਸੀਗਾ ਇੰਦਗੜ੍ਹ ਦੀ ਟੀਮ ਦਾ ਰੱਜੀ ਵਾਲੀ ਦੀ ਟੀਮ ਤੇ ਉਸ ਮੈਚ ਦੇ ਵਿੱਚ ਇੰਦਗੜ੍ਹ ਦੀ ਬੀ ਟੀਮ ਜਿਹੜੀ ਜੇਤੂ ਰਹੀ ਹੈ ਇਸ ਮੈਚ ਦੇ ਪੁਆਇੰਟਾਂ ਦਾ ਵੇਰਵਾ ਇਸ ਪ੍ਰਕਾਰ ਹੈ ਹਰਦਾਸੇ ਦੇ ਪੁਆਇੰਟ ਨੇ 8.5 ਤੇ ਡੱਗੋ ਰਮਾਣੇ ਦੇ ਪੁਆਇੰਟ ਨੇ 11 ਡੱਗੋ ਰਮਾਣੇ ਦੀ ਟੀਮ ਇਸ ਮੈਚ ਦੀ ਵਿਨਰ ਟੀਮ ਹੈ ਅਗਲਾ ਮੈਚ ਜਿਹੜਾ ਖੇਡਿਆ ਜਾਣਾ ਹੈ ਖਾਈ ਤੇ ਕਾਂਕੇ ਕਲਾਂ ਦੀਆਂ ਟੀਮਾਂ ਦੇ ਦਰਮਿਆਨ ਅਸੀਂ ਅਗਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਮਾਇਆ ਦੇ ਗੱਫੇ ਉੱਤੇ ਸਾਡੇ ਵੀਰ ਬਿੱਟੂ ਹੁਣੀ ਬੈਠਿਆ ਸਟੇਜ ਤੇ ਉਹਨਾਂ ਕੋਲੋਂ ਜਾ ਕੇ ਪ੍ਰਾਪਤ ਕਰ ਲੈਣ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਹੁਣਾਂ ਵੱਲੋਂ ਵੱਡੇ ਮਾਇਆ ਦੇ ਗੱਫੇ ਦਿੱਤੇ ਗਏ ਹੈ ਇੱਧਰ ਬਿੰਦਰ ਮਿਸ਼ਰੀ ਵਾਲਾ ਜੀ ਦਲਵਾਗ ਗੱਜਣ ਵਾਲਾ ਹਰਦੀਪ ਕੋਕਰੀ ਵਰਗੇ ਜਸਵਿੰਦਰ ਆਸ਼ਾ ਬੁੱਟਰ ਨਾਲ ਸੁਖਚੈਨ ਬਰਾੜ ਜੀ ਚੋਟੀਆਂ ਵਾਲੇ ਬੂਟਾ ਆਲਮ ਵਾਲੇ ਦਾ ਨਿਰਮਲ ਲੰਗਿਆਣਾ ਜਿਹਨਾਂ ਸਾਥੀ ਕਮੈਂਟੇਟਰਾਂ ਨੇ ਵਾਰੀ ਵਾਰੀ ਆਪਣੀਆਂ ਜਿਹੜੀਆਂ ਡਿਊਟੀਆਂ ਦਿੱਤੀਆਂ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਇੱਧਰ ਵੇਖਦਾ ਵੀ ਨੌਜਵਾਨ ਨੱਲ ਮਾਣ ਕੇ ਪਿੰਡ ਦਾ ਨਿੱਪਾ ਜਿਸ ਨੌਜਵਾਨ ਨੇ ਇੰਗਲੈਂਡ ਦੇ ਮੈਦਾਨਾਂ ਵਿੱਚ ਬਹੁਤ ਤਕੜੀ ਕਬੱਡੀ ਖੇਡੀ 4 ਸਾਲ ਤੋਂ ਖੇਡਦਾ ਆ ਰਿਹਾ ਤੇ ਇਸ ਸਾਲ ਕੈਨੇਡਾ ਦੇ ਵਿੱਚ ਜਾ ਕੇ ਤਹਿਲਕਾ ਮਚਾਇਆ ਲੈ ਵੀ ਨਿੱਪਿਆ ਦਰਸ਼ਕਾਂ ਦਾ ਫਤਿਹ ਸਾਂਝੀ ਕਰ ਨੌਜਵਾਨ ਲਓ ਨਿੱਪਾ ਖੇਡ ਮੈਦਾਨ ਦੇ ਵਿੱਚ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਨੱਲ ਮਾਣ ਕੇ ਪਿੰਡ ਦਾ ਕਬੱਡੀ ਦਾ ਬਹੁਤ ਤਕੜਾ ਜਾਫੀ ਹੈ ਇਸ ਸਾਲ ਸਰੀ ਦੀ ਬੈਲ ਸੈਂਟਰ ਗਰਾਊਂਡ ਦੇ ਵਿੱਚ ਯੰਗ ਦਾ ਤੇ ਯਾਦ ਐਮ ਸਪੋਰਟ ਦਾ ਤਕੜਾ ਲਾਸਟ ਟੂਰਨਾਮੈਂਟ ਦੇ ਮੈਚ ਚੱਲ ਰਿਹਾ ਸੀਗਾ ਲਾਸਟ ਕਬੱਡੀ ਤੇ ਜਿੱਤ ਹਾਰ ਇਸ ਨੌਜਵਾਨ ਨੇ ਦੁੱਲੇ ਫਰਿਜਨੋ ਵਾਲੇ ਨੂੰ ਜੱਫਾ ਲਾ ਕੇ ਆਪਣੀ ਟੀਮ ਲਈ ਮੈਚ ਦੀ ਜਿਹੜੀ ਮੇਰੇ ਵੀਰੋ ਜਿੱਤ ਹਾਸਲ ਕਰਵਾ ਦਿੱਤੀ ਹੈ ਖਾਈ ਦੀ ਟੀਮ ਜਿਹੜੀ ਪੁੱਜ ਗਈ ਹੈ ਉਹ ਮੇਰੇ ਵੀਰੋ ਪਿੰਡ ਵਾਲੀ ਸਾਈਡ ਦੂਸਰੇ ਪਾਸੇ ਕਾਂਕਿਆਂ ਦੀ ਟੀਮ ਹੈ ਨੌਜਵਾਨ ਇਸ ਵੇਲੇ ਦੀਪਾ ਖਾਈ ਪਿੰਡ ਦਾ ਬੜਾ ਤੇਜ਼ ਤਰਾਰ ਖਿਡਾਰੀ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਹੈ ਸੰਸਾਰਪੁਰ ਦੀ ਹਾਕੀ ਆਲਮਗੀਰ ਦੇ ਖਾੜੇ ਦੀ ਭਲਵਾਨੀ ਤੇ ਕਾਂਕਿਆਂ ਦੀ ਕਬੱਡੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਮੇਰੇ ਵੀਰੋ ਉਸੇ ਕਾਂਕੇ ਪਿੰਡ ਦਾ ਨੌਜਵਾਨ ਹਰਦੀਪ ਸਿੰਘ ਕਬੱਡੀ ਪਾਉਂਦਾ ਹੋਇਆ 5 ਗ੍ਰਾਈ ਕਲਾਂ ਦਾ ਕਬੱਡੀ ਕੱਪ ਆਪ ਸਭ ਨੂੰ ਸੱਦੇ ਦੇ ਰਹੇ ਨੇ ਸਰਦਾਰ ਜਲੰਧਰ ਸਿੰਘ ਸਿੱਧੂ ਮੇਜਰ ਸਿੰਘ ਬਰਾੜ ਸੁਖ ਰਟਾਲ ਜੀ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਇੱਧਰ ਨਿੱਪੇ ਦੀ ਕੋਸ਼ਿਸ਼ ਤੇ ਨੌਜਵਾਨ ਹਰਦੀਪ ਕਾਂਕਿਆਂ ਦਾ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਨੌਜਵਾਨ ਮੀਤ ਖਾਈ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਾਂਕਿਆਂ ਦੇ 4 ਜਾਫੀਆਂ ਵਿੱਚੋਂ ਵੇਖਦਾ ਵੀ ਹੁਣ ਕੌਣ ਗੁੱਟ ਫੜਦਾ ਕੌਣ ਲੱਤੀ ਲੱਗਦਾ ਕੌਣ ਮੂਹਰੇ ਹੋ ਕੇ ਕਰਾ ਟਾਈਮ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਲਓ ਨੌਜਵਾਨ ਮੀਤ ਖਾਈ ਦੀ ਧਰਤੀ ਦਾ ਮੇਰੇ ਵੀਰੋ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਸਰਦਾਰ ਨਛੱਤਰ ਸਿੰਘ ਜੀ ਭੋਲੂ ਵਾਲਾ ਜੋ ਆਏ ਨੇ ਉਹਨਾਂ ਦਾ ਜੀ ਆਇਆਂ ਕੀਤਾ ਜਾਂਦਾ ਕਲੱਬ ਵੱਲੋਂ ਧੰਨਵਾਦ ਕੀਤਾ ਜਾਂਦਾ ਕਈ ਵਾਰੀ ਕਿਸੇ ਦਾ ਨਾਂ ਰਹਿ ਗਿਆ ਹੋਵੇ ਬੋਲਣ ਵਾਲੋਂ ਉਹ ਮੈਨੂੰ ਬਈ ਜੀਤਾ ਦੱਸਦਾ ਜੇ ਕੋਈ ਰਹਿ ਗਿਆ ਤਾਂ ਇਹਦੇ ਨੇ ਗੱਲ ਕਰਿਆ ਜੋ ਮੇਰਾ ਕੋਈ ਕਸੂਰ ਨਹੀਂ ਉਸ ਗੱਲ 'ਚ ਇਸ ਵਾਸਤੇ ਸਾਰੇ ਤੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜਿੰਨੀਆਂ ਹੀ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ ਨੇ ਸਾਰਿਆਂ ਨੂੰ ਅਸੀਂ ਜੀਆਂ ਨੂੰ ਆਖਦੇ ਆ TSV ਸਪੋਰਟਸ ਐਂਡ ਵੈਲਫੇਅਰ ਕਲੱਬ ਰੋਡਿਆਂ ਦੀ ਤਰਫੋਂ ਜਿਨ੍ਹਾਂ ਵੀਰਾਂ ਨੇ ਥੋੜੇ ਤੋਂ ਥੋੜਾ ਬਹੁਤਾ ਤੋਂ ਬਹੁਤਾ ਜਿਨ੍ਹਾਂ ਨੇ ਯੋਗਦਾਨ ਪਾਇਆ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਬਿੱਲੇ ਉਣੀ ਸਾਡੇ ਵੀਰ ਸੀਪੇ ਉਣੀ ਜੀਤੇ ਵਰਗੇ ਬਿੱਟੂ ਵਰਗੇ ਹਰਦੀਪ ਵਰਗੇ ਸਾਰੇ ਸਤਿਕਾਰਯੋਗ ਵੀਰ ਜਿੰਦਰ ਵਰਗੇ ਸਾਰਿਆਂ ਦਾ ਧੰਨਵਾਦ ਕਰਦੇ ਆ ਇੱਧਰ ਸਰਦਾਰ ਲਖਵਿੰਦਰ ਸਿੰਘ ਜੀ ਰੋਡੇ ਜਿਨ੍ਹਾਂ ਨੇ 41,000 ਰੁਪਇਆ ਦਿੱਤਾ ਸੀ ਦੂਜਾ ਨਾਮ ਉਹਨਾਂ ਦੇ ਰਿਸ਼ਤੇਦਾਰ ਨੇ ਸਰਦਾਰ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਸਰਦਾਰ ਨਛੱਤਰ ਸਿੰਘ ਜੀ ਭੋਲੂ ਵਾਲਾ ਆਏ ਨੇ ਉਹਨਾਂ ਦਾ ਸਾਰੇ TSV ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਉਧਰ ਲਖਵਿੰਦਰ ਸਿੰਘ ਜੀ ਕੈਨੇਡਾ
जिन्हों का हमिल्टन पंजाबी स्पोर्ट्स क्लब के लिए बहुत बड़ा योगदान है, उन्होंने रिश्तेदार साढ़े दरम्यान पुजे है। सवरना नाम है सिजाफी का, तौकिया वाला बहुत तगड़ा जफा लंबा हुआ। उधर असी सत्कार जो शखीत जिहड़ियां पुजन जा रही है उन्होंने समय समय सिर जिन्हों आखते हैं। इधर हरदीप सिंह नौजन खेड मैदान कबड्डी पाँदा हुआ कि किताब तो हर रू मिल जाती पर पढ़ना औखा है, मंजिल भी रब दे दिंदा पर खड़ना औखा है, जो धरती भुलदा है टिकदा नहीं उसमान रवाला, ना जग ते बनाउणा नहीं सकाला, ना जग ते बनाउणा नहीं सकाला। इधर नौजन गभरू है, दीप दी पई हुई कबड्डी है, सलीम नूं टच करके नौजन ने अपनी टीम लई लखा जिहा पॉइंट जोड़ दिता है। राजी कहिंदे इस नौजन खिडारी नूं कौंकियां दी धरती सोनी वर्गे, जग्गे वर्गे, संदीप वर्गे, जगदीप वर्गे, अर्जुन वैली वर्गे समय समय के टॉप के खिडारी पैदा किए हैं। लो निपा नल माणके वाला जिस नौजन की मैं पहला गल की है, चार साल इंग्लैंड, तीन साल इंग्लैंड तो सीधी फ्लाइट पढ़ के अंटारियो के टोरंटो में बड़ा कप खेडन के लिए पुजा नौजन गभरू, तो फिर बीसी दी ग्राउंडा विच अलबर्टा दी ग्राउंडा विच धक धक करवाई निपे नल माणके वाले ने। इधर सलीम ते दूसरे पासे दीपा है, नौजन गभरू है, वेखदा चढ़दी उम्र है, मुछपुट गभरू खेड मैदान कलोला करदी फिरदी रंगले पंजाब दी जवानी के लाला पौड़ियां जिन्ना खोचा ने बनाईया, मार डंड जिन्ना हिक्का ने कमाईया, हथ पक्के कीते जिन्ना ला चढ़ के लोपो वाले देखते कबड्डी लोग उन्होंने खड़ खड़ के, लोपो वाले देखते कबड्डी लोग उन्होंने खड़ खड़ के। अगले मैच दीआं टीमां कोट करोड़ रसूरपुर, दोनों टीम तैयार रहन, कोट करोड़ रसूरपुर अज दुनिया का कहते मस्त बोला, रसूरपुरी कालू भी पुजा होया, उस नौजन की खेड भी वेखनी है। आप कोट करोड़ रसूरपुर टीमों के दरम्यान अगला मैच खेडा जाना है, उस तो बाद माड़ी मुस्तफा के पंज ग्राई टीवीएस क्लब रोड के बघेला, यह भी टीम आप अपने मैचों के अनुसार खेड मैदान पुजदियां जा। इधर हरदीप सिंह अगली कबड्डी पाउंदा होया, एक पासे गुरशरण सिंह भाला खाई की धरती का मास्टर हरदीप सिंह उन्हां दा सपुत्र है, बाला खाई वाला कहिंदे नौजन कनेडा दे विच बहुत वधिया खेड दा प्रदर्शन कीता है, पर नौजन हरदीप अपनी टीम लई लखा जिहा पॉइंट जोड़दा होया। इधर नौजन गभरू दी पई हुई कबड्डी मेरे वीरो, दीपा खाई दी धरती दा खेड मैदान दे विच कबड्डी पाउंदा होया, ते दूसरे पासे नौजन सलीम मेरे वीरो पूरी कोशिश करदा ते पॉइंट धावी दे उसे जोड़दा होया। इधर पाई हुई नौजन गभरू की कबड्डी है मेरे वीरो, लगता हुआ जफा खाई पिंड दा नौजन गभरू माण के कहंदे है, एक कलियां दा बादशाह कुलदीप माण के मेरे वीरो सदा लई विछड़ गया, कि तेरे टिले तो सूरत दीदी है हीर दी, आओ देख गोरखा उड़दी है फलकारी, मां हुंदी है मां ओ दुनिया वाले, उस कलियां दे बादशाह कुलदीप माणक नूं भी आपां याद करदे हैं। इधर कालू रसूरपुरिया अपनी टीम नूं लैके पुज्जा होया, ते नाल कहिंदे कोट करोड़ दी टीम भी खेड ग्राउंड दे विच पुज गई है। माड़ी मुस्तफा ते पंज ग्राई टीवीएस क्लब रोड दे ते बघेला, ये भी टीमां दे प्लेयर जल्दी नाल खेड ग्राउंड दे विच पुज्जे। इधर पंजाब लाइव 1.com दे उपर पूरी दुनिया दे विच अज दे टूरनामेंट दा लाइव टैलीकास्ट किया जा रहा है। बिल्ले वर्गे वीरां ने, हरदीप उन्हां ने वड्डे योगदान पाए है, सीपे वर्गे साडे वीर गिंदी वर्गियां दा, जीते वर्गियां दा, जिंदर वर्गियां दा बहुत बहुत धन्नवाद है, बिट्टू वर्गे सत्कारयोग वीरां दा। मैच समाप्त है, इस मैच दे विचों किहड़ी टीम जेतू है जी? हेलो, खाई दी टीम हरदीप भीरे जेतू है, खाई दी टीम हरदीप जी जेतू है, नोट कर लो। हेलो, साडे कुछ पतवंत सज्जन ने जिन्हां नूं क्लब वल्लों सन्मानित किया जाणा है, जे इत्थे नेड़े होण तां उह आ के उहदा मान सन्मान प्राप्त कर। सरदार जसविंदर सिंह जी पप्पू, बलवीर सिंह जी आड़तिया साहब, मास्टर आत्मा सिंह जी रोडे, प्रीतम सिंह चक्की वाला, हाकम सिंह डेहरी वाला, दलविंदर सिंह धाना, सुमंदा सिंह सरपंच देड़ के, और दर्शन सिंह जी फौजी साहब मेरे ख्याल वो तो चले गए। तो जे कोई जिन्हां दे भी ना बोले हो पतवंत सज्जन इत्थे स्टेज दे नेड़े आ जान, वल्लों उन्हां दा जो मान सन्मान है उन्हां नूं कोई यादगारी चिन्ह दिता जाऊगा, वो आके अपना मान सन्मान यादगारी चिन्ह क्लब वल्लों प्राप्त करन। जिन्हें भी पतवंत सज्जना के ना बोले आ स्टेज के नेड़े आ जान।
अगले मैच दी टीम माड़ी मुस्तफा से पंज गई है टीम तैयार रहन। इधर कालू रसूरपुरी पुजा मैं भी कालू फतेह सांझी करना हो जाता मार दो ताड़ियां दुनिया का चहेता गड़ारी हरविंदर सिंह एक साल के अरसे तो बाद इन्हां खेड ग्राउंडां दे विच नौजवान ने धुन पाउण वाली गल कीती है। रायकोट के कप का मोटरसाइकिल का जेतू खिडारी पुज्जे हैलो अमने वीरा राउंड तो बाद आपां 70 किलो का फाइनल मैच करवाउणा है। 70 किलो का फाइनल शेरो वर्सेस पासला शेरो वर्सेस पासला दीआं टीमां इस राउंड तो बाद दो मैच इस मैच तो बाद बाकी है टीमां जिहड़ियां अपनी तैयारी खिंच लैण। इधर टीम जी कोट करोड़ की वो पुज गई है मेरे वीरो पिंड वाली साइड ते दूसरे पासे टीम रसूरपुर की है। उधर धाना वैरोगे वाला शहीद भगत सिंह क्लब बैडमिंटन जुड़ी हुई शख्सियत वो भी विशेष तौर पर पुज गया अज मान सम्मान किया जा रहा है। डोली के कबड्डी कप से कहते दलवाग नूं मोटरसाइकिल दिता जा रहा है कबड्डी के महान बुलारे नूं धाने उन्हां दी तरफों। इधर पिंडा नौजन रसूरपुरी कबड्डी पा रहा है लै भी सीपे अज कालू वर्गे पुजे है ते नजारा वखरा है रोडियां दी धरती है। ते इधर वेखदा है दयालपुरे दे देव दी ते कहिंदे गालब दे बिल्ले दी जोड़ी बड़ी प्रसिद्ध है पंजाब दे कप्पां ते वजदा होया पंप लग गया जफा मेरे वीरो बहुत सोहना जफा ला के कोट करोड़ पिंड कहिंदे गीते दा पिंड है सोनी वर्गे मंदिर वर्गे प्रसिद्ध खिडारी पैदा किए हैं नौजवान गगन साधु वाले की धरती का सिख सरदार गभरू एक धरती मां नूं मत्था कबड्डी पाउण दे लई बाधा होया। एक पासे जसा उरली कन्नी ते दो वार कनेडा की धरती से खेडण वाला कंत रसूरपुरिया आ नौजवान का कहिंदे रामगढ़ पिंड है नौजवान संदीप रामगढ़िया बहुत तकड़ा जफा ला के अपनी टीम लई लखा जिहा पॉइंट जोड़ता होया। अगली कबड्डी पाउण दे लई शीरा रसूरपुर की धरती का मैं ध्याणा साहब का एरिया मेरे वीरो सरदारा का पिंड है रसूरपुर जगराउं की गल है। इधर नौजवान शीरा कबड्डी पाउण दे लई खेड मैदान दे विच वधे है चार जाफी बिल्कुल तैयार ने हुण वेखदा वी कोट करोड़िया कौण जफा ला के शर्मे वर्गे गभरू तैयार ने लै पुट्ठी पाउण दी कीती होई कोशिश लग्या होया जोर बहुत तकड़ा मैच है पहला जफा लग्या फिर इधर जफा फिर उधर जफा मेरे वीरो ऐन जफे ते जफा लग रहा है नजारा वधिया पिया खेड ग्राउंड दे नौजवान इंग्लैंड के खेड मैदान में खेडा एक बार कोट करोड़ पिंडा नौजवान छोटी है बड़ा फरतीला बड़ा जशीला गभरू खेड मैदान के कबड्डी पा रहा है। एक कन्नी कंता संदीप कहते रायकोट के कप से मोटरसाइकिल का जेतू दुगिया वाले खुशी के ज्वाइंट मोटरसाइकिल जितया नौजवान जसी ते नाल जसा चार जाफी तैयार ने लाओ रामगढ़िया संदीप इस वेले मारदा होया पुश पर सोनी अपनी टीम लई लखा जिहा पॉइंट जोड़ता होया। अगली कबड्डी के मस्तां दे तौर ते इहनूं लोक जाणदे खेड इहदी दा आनंद लोकी रज रज माणदे छेती किते तां नहीं लोको इह जांदा फड़िया रसूरपुरीए कालू दा नां बच्चे बच्चे दी जवान उत्ते है चढ़िया रसूरपुरीए कालू दा नां बच्चे बच्चे दी जवान उत्ते है चढ़िया बच्चे बच्चे दी जवान दे उपर नाम है इस नौजवान कबड्डी खिडारी दा बाबे गुरदयाल सिंह दे पोते दा कालू दा नां कहिंदे सुपर स्टारां विच है भाज वखरी है नौजवान गभरू दी दुनिया फैन है कि दुनिया फैन है यारा दी बाकी बाकी फैन है दुनिया मरीद है इस नौजवान की खेड की। इधर गगन कबड्डी पाउण दे लई वध चुके है चार जाफियां दी खिची हुई तैयारी है कौन जफा ला के बल्ले बल्ले करवाउंदा। अगले मैच दीआं टीमां माड़ी मुस्तफा ते पंज ग्राई टीवीएस क्लब रोडे ते बघेला टीमां खेड मैदान दे विच पुज्जण। इस नौजवान ने भी रायकोट दे टूरनामेंट ते मोटरसाइकिल जित्तिया दुगियां वाली खुशी नाल ज्वाइंट वेस्ट आया। अगली कबड्डी कालू लगातार दूसरी कबड्डी पाउण दे लई वाधा होया कि बखरी है भाज मिले शेर दा किताब लुट ली कनेडा दवाना कीता इंग्लैंड ते पंजाब कौडी एदी दा नशा पंजाबियां नूं जिवें पहले तोड़दी शराब सिद्धवां दे चैने नूं कौडी दीआं बरीकियां सका दीआं रसूरपुर दे कालू ने कबड्डी विच धुम्मा पातीआं रसूरपुर दे कालू ने कबड्डी विच धुम्मा पातीआं बाकी दुनिया दे विच धुम्म है इस नौजवान दी मेजर सिंह वराड़ करमपाल सिद्धू उन्हां दा जलंधर से उन्हां दा चहेता खिडारी है। इधर नौजवान अगली कबड्डी पाउण दे लई सोनी खेड मैदान दे विच एक जतिंदर सिंह सोनी सनेत पिंड दा दो वार ट्रंडो दे कप दा मेरे वीरो बेस्ट जाफी डिक्लेयर होया है। इधर सोनी दी पई हुई कबड्डी है गालब दी धरती लियाकत अली नाम है बिल्ले दा सिद्धवां वाली गुलजार दी मासी दा पुत्र इस लई फैसला कर रहा है वी इह पॉइंट धावी दे हिस्से जुड़दा है। अगली कबड्डी नौजवान फ्रेंच कबड्डी क्लब कैलगरी दी टीम वल्लों करमपाल सिद्धू
ਉਹਨਾਂ ਦੀ ਟੀਮ ਵੱਲੋਂ ਖੇਡਿਆ ਮੇਰੇ ਵੀਰੋ ਅਲਵਾਡਾ ਦੇ ਖੇਡ ਮੈਦਾਨਾਂ ਵਿੱਚ ਰਸੂਲਪੁਰ ਦੀ ਧਰਤੀ ਦਾ ਪਿੰਡਾ ਇਸ ਵੇਲੇ ਧਾਵਾ ਬੋਲ ਰਿਹਾ ਚਾਰ ਜਾਫੀ ਬਿਲਕੁਲ ਤਿਆਰ ਨੇ ਵੇਖਦਾ ਵੀ ਨੌਜਿਨ ਗੱਭਰੂ ਪੂਰੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਪਿੰਦੇ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਮਾੜੀ ਮੁਸਤਫਾ ਤੇ ਪੰਜ ਗਰਾਈ ਟੀਵੀਐਸ ਕਲੱਬ ਰੋਡੇ ਤੇ ਬਘੇਲਾ ਉਸ ਤੋਂ ਬਾਅਦ 70 ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਜਿਹੜੀਆਂ ਤਿਆਰ ਰਹਿਣਗੀਆਂ ਇੱਧਰ ਗਗਨ ਸਾਧੂ ਵਾਲੇ ਦੀ ਧਰਤੀ ਦਾ ਰਜਿੰਦਰ ਵੈਲੀ ਦਾ ਪੇਂਡੂ ਹੈ ਤੇ ਦੂਸਰੇ ਪਾਸੇ ਸੰਦੀਪ ਫੜਿਆ ਗੁੱਟ ਵੱਜੀ ਕੈਂਚੀ ਪਰ ਨੌਜਿੰਦ ਗਗਨ ਦੇ ਬਾਅਦ ਸੋੜਾ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਕਾਲੂ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਕਿ ਰਸੂਲਪੁਰੀਏ ਦੀ ਤਾਂ ਯਾਰ ਉਹ ਭਾਜ ਵੱਖਰੀ ਚੜਗੀ ਜਵਾਨੀ ਦੇ ਉੱਤੇ ਬੜੀ ਛੇਤੀ ਅੱਥਰੀ ਮੁੰਡਾ ਕਾਹਦਾ ਲੋਕੋ ਇਹ ਤਾਂ ਨਿਰਾ ਇਤਫਾਹ ਨੇ ਬੁਸ਼ ਪੁੱਟ ਕਾਲੂ ਵਿੱਚ ਸ਼ੇਰ ਜਿੰਨੀ ਜਾਨ ਹੈ ਬੁਸ਼ ਪੁੱਟ ਕਾਲੂ ਵਿੱਚ ਸ਼ੇਰ ਜਿੰਨੀ ਜਾਨ ਹੈ ਐਨ ਨੌਜਨ ਝੁਕ ਝੁੱਕ ਕੇ ਕਬੱਡੀਆਂ ਪਾ ਰਿਹਾ ਦਰਸ਼ਕਾਂ ਦਾ ਮਨ ਮੋਹਣ ਵਾਲੀ ਗੱਲ ਕਰਦਾ ਹਰਵਿੰਦਰ ਸਿੰਘ ਕਿੱਥੇ ਫੜ ਲੇਗਾ ਦਸ ਕਾਲੂ ਭਾਈ ਦਾ ਵਹਿਕ ਬਥੇਰਾ ਵੀ ਮਾਰ ਜਪੇੜਾ ਸਰਾਵਾਂ ਦਾ ਸਖਵੀਰ ਮੁਭੰਨ ਦਾ ਤੇਰਾ ਵੀ ਗੱਲ ਕੀਤੀ ਹਰਜੀਤ ਸ਼ਰਮੇ ਨੇ ਚੱਕੀ ਦੇ ਪੁਲ ਵਰਗੀ ਛਾਤੀ ਜਸਦੀ ਭਾਰੀ ਏ ਦੁੱਲਾ ਲੱਖਾਂ ਤੇ ਕੁਲਜੀਤਾ ਤੇ ਟੌਪ ਖਿਡਾਰੀ ਏ ਕਿੱਥੇ ਫੜ ਲੇਗਾ ਦਸ ਕਾਲੂ ਭਾਈ ਦਾ ਵਹਿਕ ਬਥੇਰਾ ਵੇ ਮਾਰ ਚਪੇੜਾ ਸਰਾਵਾਂ ਦਾ ਸਖਵੀਰ ਮੁਭੰਨ ਦੂ ਤੇਰਾ ਵੇ ਇਹ ਗੀਤਾਂ ਦੀ ਗੱਲ ਹੈ ਮੇਰੇ ਵੀਰੋ ਕਬੱਡੀ ਦਾ ਮੈਦਾਨ ਇਸ ਵੇਲੇ ਨੌਜਨ ਗੱਭਰੂ ਜੱਸਾ ਖੇਡ ਮੈਦਾਨ ਦੇ ਵਿੱਚ ਰਸੂਲਪੁਰ ਦੀ ਧਰਤੀ ਰਸੂਲਪੁਰ ਪਿੰਡ ਸਰਦਾਰਾਂ ਦਾ ਕਬੱਡੀ ਦੇ ਸਟਾਰਾਂ ਦਾ ਯਾਰਾਂ ਦਾ ਪਿੰਡ ਹੈ ਤੇ ਸਾਹਮਣੇ ਵੇਖੋ ਨੌਜਨ ਸੋਨੀ ਬਹੁਤ ਤਗੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਪਿੰਦਾ ਨੌਜਨ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀ ਬਿਲਕੁਲ ਤਿਆਰ ਨੇ ਕੌਣ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਲਓ ਸਾਹਮਣੇ ਗੱਭਰੂ ਦੀ ਪਈ ਹੋਈ ਕਬੱਡੀ ਹੈ ਕੌਣ ਕੋਟ ਕਰੋੜੀਆ ਸ਼ਰਮਾ ਲਓ ਕੀਤੀ ਹੋਈ ਕੋਸ਼ਿਸ਼ ਨੌਜਨ ਗੱਭਰੂ ਦੀ ਫੜਿਆ ਹੋਇਆ ਕੋਟ ਵੱਜਦੀ ਹੋਈ ਕੈਂਚੀ ਲੱਗਿਆ ਹੋਇਆ ਜ਼ੋਰ ਸਮਾਂ ਬੀਤਦਾ ਜਾ ਰਿਹਾ ਵੇਖਦਾ ਵੀ ਇਸ ਵੇਲੇ ਕਹਿੰਦੇ ਜਵਾਨੀਆਂ ਦਾ ਤਾਣ ਲੱਗਿਆ ਪਿਆ ਉਧਰ ਪੈ ਗਈ ਪੁੱਠੀ ਮੇਰੇ ਵੀਰੋ ਲਓ ਪੁਆਇੰਟ ਜਸਵੀਰ ਸਿੰਘ ਤੇ ਨਾਲ ਦੇਵ ਦਿਆਲਪੁਰੇ ਦਾ ਫੈਸਲਾ ਕਰਦੇ ਹੋਏ ਵੀ ਇਹ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜੁੜਦਾ